ਆਉਜ਼ੂ ਬਿੱਲਾਹਿ ਮਿਨ ਅਸ਼-ਸ਼ੈਤਾਨਿਰ ਰਜੀਮ ਬਿਸਮਿਲਹਿ ਅਰ ਰਹਿਮਾਨਿਰ ਰਹੀਮ ਐਈ ਮਾਨ ਵਾਲਿਓ ਪੂਰਾ ਕਰੋ ਇਕਰਾਰ ਹਲਾਲ ਹੋਏ ਨੇ ਤੁਸਾਂ ਲਈ ਮਵੇਸ਼ੀ ਚੌਕਰ ਕਿਸਮ ਦੇ ਸਾਰੇ ਜਾਨਵਰ ਪਰ ਜੋ ਦੱਸਿਆ ਜਾਏਗਾ ਤੁਸਾਂ ਨੂੰ ਅੱਗੇ ਚੱਲ ਕੇ ਨਾ ਹਲਾਲ ਜਾਣੂ ਸ਼ਿਕਾਰ ਨੂੰ ਜਦੋਂ ਤੁਸੀਂ ਇਹਰਾਮ ਵਿੱਚ ਹੋਵੋ ਅੱਲਾ ਜ਼ਰੂਰ ਹੁਕਮ ਕਰਦਾ ਹੈ ਜੋ ਚਾਵੇ ਐ ਈਮਾਨ ਵਾਲਿਓ ਨਾ ਬੇਹਰਮਤ ਕਰੋ ਅੱਲਾ ਦੇ ਨਾਂ ਦੀਆਂ ਚੀਜ਼ਾਂ ਤੇ ਨਾ ਮਹੀਨਾ ਅਦਬ ਦਾ ਤੇ ਨਾ ਕੁਰਬਾਨੀ ਤੇ ਨਾ ਗਾਨੀ ਵਾਲੇ ਜਾਨਵਰਾਂ ਨੂੰ ਗਾਨੀ ਖੁਦਾ ਦੀ ਨਜ਼ਰ ਦੇ ਉਸ ਪਟੇ ਨੂੰ ਆਖਦੇ ਨੇ ਜਿਹੜਾ ਕੁਰਬਾਨੀ ਦੇ ਜਾਨਵਰ ਦੇ ਗਲੇ ਵਿੱਚ ਪਾਇਆ ਜਾਂਦਾ ਤੇ ਨਾ ਛੇੜੋ ਅਦਬ ਦੇ ਘਰ ਦੀ ਨੀਅਤ ਕਰਨ ਵਾਲਿਆਂ ਨੂੰ ਜੋ ਢੂੰਡਦੇ ਨੇ ਫਜ਼ਲ ਆਪਣੇ ਰੱਬ ਦਾ ਤੇ ਖੁਸ਼ਨੂਦੀ ਉਹਦੀ ਤੇ ਜਦ ਇਹਰਾਮ ਖੋਲੋ ਤਾਂ ਸ਼ਿਕਾਰ ਕਰੋ ਨਾ ਚੁੱਕੇ ਤੁਹਾਨੂੰ ਵੈਰ ਲੋਕਾਂ ਦਾ ਜ਼ਿਆਤੀ ਕਰਨ ਉੱਤੇ ਇਸ ਵਾਸਤੇ ਜੇ ਉਹਨਾਂ ਰੋਕਿਆ ਸੀ ਤੁਹਾਨੂੰ ادب ਦੀ ਮਸੀਤੋਂ ਕਿ ਆਪੇ ਵਿੱਚ ਮਦਦ ਕਰੋ ਨੇਕੀ ਤੇ ਗੁਨਾਹੋਂ ਬਚਨ ਦੇ ਕਮਾਉਂ ਹਤੇ ਤੇ ਮਦਦ ਨਾ ਕਰੋ ਇੱਕ ਦੂਜੇ ਦੀ ਗੁਨਾਹ ਤੇ ਹੱਦੋਂ ਵਧਨ ਤੇ ਤੇ ਡਰੋ ਅੱਲਾਹ ਤੋਂ ਅੱਲਾਹ ਦੀ ਮਾਰ ਜ਼ਰੂਰ ਸਖਤ ਹੈ ਆਰਾਮ ਹੋਇਆ ਤੁਸੀਂ ਉੱਤੇ ਮਰਦਾਰ ਤੇ ਲਹੂ ਤੇ ਗੋਸ਼ਤ ਸੂਰ ਦਾ ਤੇ ਜੋ ਜਾਨਵਰ ਮਸ਼ਹੂਰ ਕੀਤਾ ਗਿਆ ਹੈ ਅੱਲਾ ਦੀ ਸਿਵਾ ਹੋਰੀ ਦਿਨਾ ਤੇ ਗਲ ਕੁੱਟ ਕੇ ਮੋਇਆ ਹੋਇਆ ਤੇ ਡਿੱਗ ਕੇ ਮੋਇਆ ਹੋਇਆ ਤੇ ਚੱਕਰ ਖਾ ਕੇ ਮੋਇਆ ਹੋਇਆ ਤੇ ਜਿੰਨੂੰ ਖਾਦਾ ਫਾਰ ਖਾਣ ਵਾਲੇ ਨੇ ਪਰ ਤੁਸੀਂ ਕਿਸੇ ਨੂੰ ਮਰਨ ਲੱਗੇ ਨੂੰ ਜ਼ਿਵਾ ਕਰ ਲਿਆ ਤੇ ਹੈਰਾਨ ਨੇ ਜੋ ਜ਼ਿਵਾ ਹੋਇਆ ਕਿਸੇ ਦੇ ਥਾਨ ਉੱਤੇ ਤੇ ਇਹ ਵੀ ਨਾਜਾਇਜ਼ ਹੈ ਜੋ ਕਿਸਮਤ ਮਾਲੂਮ ਕਰੋ ਕਾਨਿਆਂ ਨਾਲ ਫਾਲ ਪਾ ਕੇ ਇਹ ਜੇ ਬੇਫਰਮਾਨੀ ਅੱਜ ਨਾ ਉਮੀਦ ਹੋਏ ਨੇ ਬੇਈਮਾਨ ਤੁਹਾਡੇ دین ਤੋਂ ਸੋ ਉਹਨਾਂ ਤੋਂ ਨਾ ਡਰੋ ਤੇ ਮੈਂ ਤੋਂ ਡਰੋ ਅੱਜ ਮੈਂ ਪੂਰਾ ਕਰ ਚੁੱਕਾ ਹਾਂ ਤੁਸਾਂ ਲਈ دین ਤੁਹਾਡਾ ਤੇ ਪੂਰਾ ਕੀਤਾ ਮੈਂ ਤੁਹਾਡੇ ਸਿਰ ਦੀ ਨੇਮਤਾ ਆਪਣੀਆਂ ਤੇ ਪਸੰਦ ਕੀਤਾ ਮੈਂ ਤੁਸਾਂ ਲਈ دین ਇਸਲਾਮ ਫੇਰ ਜਿਹੜਾ ਭੁੱਖ ਨਾਲ ਮਜਬੂਰ ਹੋ ਕੇ ਇਹ ਨ ਚੀਜ਼ਾਂ ਵਿੱਚੋਂ ਕੁਝ ਖਾ ਲਏ ਪਰ ਨਾ ਗਿਆ ਗੁਨਾਹਵਾਲ ਤਾਂ ਅੱਲਾ ਜ਼ਰੂਰ ਬਖਸ਼ਨਾਰ ਮਿਹਰਬਾਨ ਹੈ ਪੁੱਛਦੇ ਨੇ ਤੈਨੂੰ ਕੀ ਕੁਝ ਹਲਾਲ ਹੋਇਆ ਉਹਨਾਂ ਲਈ ਤੁਸੀਂ ਆਖੋ ਹਲਾਲ ਹੋਈਆਂ ਨੇ ਤੁਸਾਂ ਲਈ پاک ਚੀਜ਼ਾਂ ਤੇ ਸ਼ਿਕਾਰ ਉਸ ਦਾ ਜੋ ਸਖਾ ਲਵੇ ਸ਼ਿਕਾਰੀ ਚਾਲਾਂ થી ਗੁਜ਼ਾ ਕੇ ਸਖਾਂਦੇ ਉਹਨਾਂ ਨੂੰ ਉਸ ਦਾ ਵਿੱਚੋਂ ਜੋ ਸਖਾਇਆ ਤੁਹਾਨੂੰ ਅੱਲਾ ਨੇ ਸੋ ਖਾਓ ਉਸ ਵਿੱਚੋਂ ਜੋ ਉਹ ਫਲ ਰੱਖਣ ਤੁਸਾਂ ਲਈ ਤੇ ਲੈ ਲਓ ਨਾਮ ਅੱਲਾ ਦਾ ਉਸ ਉੱਤੇ ਤੇ ਡਰੋ ਅੱਲਾ ਤੋਂ ਅੱਲਾ ਜ਼ਰੂਰ ਸ਼ਤਾਬੀ ਲੇਖਾ ਲੈਣ ਵਾਲਾ ਹੈ ਅੱਜ ਹਲਾਲ ਹੋਈਆਂ ਨੇ ਤੁਸਾਂ ਲਈ ਸਾਰੀਆਂ پاک ਚੀਜ਼ਾਂ ਤੇ ਜਿਬਾ ਕੀਤਾ ਹੋਇਆ ਉਹਨਾਂ ਦਾ ਜਿਨ੍ਹਾਂ ਨੂੰ ਮਿਲੀ ਹੈ ਕਿਤਾਬ ਹਲਾਲ ਹੈ ਤੁਹਾਨੂੰ ਤੇ ਖਾਣਾ ਤੁਹਾਡਾ ਹਲਾਲ ਹੈ ਉਹਨਾਂ ਨੂੰ ਤੇ ਹਲਾਲ پاک ਦਾਮਨਾ ਮੂਮਨ ਔਰਤਾਂ ਤੇ پاک ਦਾਮਨਾ ਉਹ ਜਿਨ੍ਹਾਂ ਨੂੰ ਮਿਲੀ ਹੈ ਕਿਤਾਬ ਪਹਿਲੇ ਤੁਹਾਡੇ ਜਦ ਜਿੱਤਿਓ ਜੇ ਉਹਨਾਂ ਨੂੰ ਮਹਰ ਉਹਨਾਂ ਦੇ ਬਦਕਾਰੀਓ ਬਚਨ ਤੋਂ ਨਾ ਖੁੱਲੀ ਬਦਕਾਰੀ ਕਰਨੀ ਤੇ ਨਾ ਲੁਕ ਕੇ ਯਾਰੀ ਤੇ ਜਿਹੜਾ ਫਿਰ ਗਿਆ ਇਮਾਨੋਂ ਤਾਂ ਜ਼ਰੂਰ ਉਗਤ ਗਈ ਕਮਾਈ ਉਹਦੀ ਤੇ ਉਹ ਆਖਰਤ ਵਿੱਚ ਕਾਟੇ ਵਾਲਿਆਂ ਵਿੱਚੋਂ ਹੈ اے ਇਮਾਨਮਾਲਿਓ ਜਦ ਉਠਣ ਲਗੋ ਨਮਾਜ਼ ਵੱਲ ਤਦ ਤੋ ਲੋ ਮੂੰ ਆਪਣੇ ਹੱਥ ਆਪਣੇ ਅੜਕਾਂ ਤੱਕ ਤੇ ਗਿੱਲਾ ਹੱਥ ਫੇਰੋ ਆਪਣੇ ਸਿਰਾਂ ਉੱਤੇ ਤੇ ਤੋ ਲੋ ਪੈਰ ਆਪਣੇ ਗਿੱਟਿਆਂ ਤੱਕ ਤੇ ਜੇ ਤੁਸੀਂ ਜਨਾਬਤ ਦੀ ਹਾਲਤ ਵਿੱਚ ਹੋਵੋ ਤਾਂ ਖੂਬ ਪਾਕ ਹੋ ਲੋ ਤੇ ਜੇ ਤੁਸੀਂ ਹੋਵੋ ਬਿਮਾਰ ਜਾਂ ਸਫਰ ਵਿੱਚ ਜਾਂ ਆਇਆ ਕੋਈ ਤੁਹਾਡਾ ਛਾੜੇ ਫਿਰਨ ਦੇ ਥਾਵਾਂ ਜਾਂ ਹੱਥ ਲਾਇਓ ਜੇ ਔਰਤਾਂ ਨੂੰ ਫੇਰ ਨਾ ਜੁੜਿਓ ਜੇ ਪਾਣੀ ਤਾਂ ਤੇ ਯਮਮ ਕਾਰੋ ਮਿੱਟੀ ਪਾਕ ਨਾਲ ਮਨ ਮਾਰੋ ਆਪਣੇ ਮੂੰਹ ਤੇ ਹੱਥਾਂ ਨੂੰ ਕੁਝ ਉਸ ਵਿੱਚੋਂ ਨਹੀਂ ਚਾਹਦਾ ਅੱਲਾ ਜੋ ਰੱਖੇ ਤੁਸਾਂ ਉਤੇ ਕੁਝ ਤੰਗੀ ਪਰ ਚਾਹਦਾ ਹੈ ਜੋ ਪਾਕ ਕਰੇ ਤੁਹਾਨੂੰ ਤੇ ਪੂਰਾ ਕਰੇ ਇਹਸਾਨ ਆਪਣਾ ਤੁਸਾਂ ਉਤੇ ਤਾਂ ਤੁਸੀਂ ਸ਼ੁਕਰ ਕਰੋ ਤੇ ਯਾਦ ਕਰੋ ਇਹਸਾਨ ਅੱਲਾ ਦਾ ਤੁਹਾਡੇ ਸਿਰ ਤੇ ਇਕਰਾਰ ਨਾ ਭੁੱਲੋ ਉਹਦਾ ਜਿਹੜਾ ਪੱਕਾ ਕੀਤਾ ਤੁਸੂ ਤੁਸਾਂ ਨਾਲ ਯਾਨੀ ਤੁਹਾਡਾ ਇੱਕ ਹੌਲ ਹੈ ਜੇ ਅਸਾਂ ਸੁਣਿਆ ਤੇ ਮੰਨਿਆ ਹੈ ਤੇ ਡਰੋ ਅੱਲਾ ਤੋਂ

जिना नहीं मनियामानदारो याद करो ऐसान अल्लाह दर जज नीयत ने जो दस्तराजी करते फिर रोक दते सुसा तो हथ ओना दे डर अल्लाह तो अल्लासा करना चाहता है इमान वाले नरूर लिया ने एकार बनी इसराइल को ਤੇ ਖੜੇ ਕੀਤੇ ਅਸਾਂ ਉਹਨਾਂ ਵਿੱਚੋਂ 12 ਨਿਗਰਾਨੀ ਕਰਨ ਵਾਲੇ ਚੌਧਰੀ ਤੇ ਆਖਿਆ ਅੱਲਾਹ ਨੇ ਮੈਂ ਤੁਹਾਡੇ ਨਾਲ ਹਾਂ ਜੇ ਦਰਸਤ ਪੜਿਓ ਜੇ ਨਮਾਜ਼ ਤੇ ਦਿੱਤੀਓ ਜੇ ਜ਼ਕਾਤ ਤੇ ਮੰਨਿਓ ਜੇ ਮੇਰੇ ਪੈਗਮਰਾਂ ਨੂੰ ਤੇ ਮਦਦ ਕੀਤੀ ਹੋ ਜੇ ਉਹਨਾਂ ਦੀ ਤੇ ਕਰ ਦਿੱਤੋ ਜੇ ਅੱਲਾਹ ਨੂੰ ਕਰ ਸੋਣਾ ਤਾਂ ਮੈਂ ਜ਼ਰੂਰ ਉਤਾਰਾਂਗਾ ਤੁਹਾਡੇ ਸਿਰੋਂ ਗੁਨਾਹ ਤੁਹਾਡੇ ਤੇ ਜ਼ਰੂਰ ਪਾਵਾਂਗਾ ਤੁਹਾਨੂੰ ਬਖਸ਼ਤਾ ਵਿੱਚ ਜਿਨ੍ਹਾਂ ਦੇ ਹੇਠ ਵਗਦੀਆਂ ਨੇ ਨਹਿਰਾਂ ਫੇਰ ਜਿਹੜਾ ਬੇਈਮਾਨ ਹੋ ਗਿਆ ਇਹ ਦੂ ਪਿੱਛੇ ਤੁਸਾਂ ਵਿੱਚੋਂ ਤਾਂ ਉਹ ਜ਼ਰੂਰ ਭੁਲਿਆ ਸਿੱਦੇ ਰਹੋ ਫੇਰ ਉਹਨਾਂ ਦੇ ਆਪਣਾ ਇਕਰਾਰ ਤੋੜਨੇ ਦੇ ਸਬਬੋਂ ਫਟਕਾਰ ਦਿੱਤਾ ਅਸਾਂ ਉਹਨਾਂ ਨੂੰ ਤੇ ਕਰ ਦਿੱਤੇ ਅਸਾਂ ਦਿਲ ਉਹਨਾਂ ਦੇ ਸਖਤ ਹੁਣ ਉਹਨਾਂ ਦਾ ਇਹ ਹਾਲ ਏ ਜੇ ਬਦਲਦੇ ਨੇ ਗੱਲਾਂ ਨੂੰ ਆਪਣੇ ਟਿਕਾਣਿਆਂ ਤੇ ਭੁਲਾ ਦਿੱਤੋ ਨੇ ਇੱਕ ਹਿੱਸਾ ਉਸ ਨਸੀਹਤ ਵਿੱਚੋਂ ਜੋ ਉਹਨਾਂ ਨੂੰ ਕੀਤੀ ਸੀ ਇਹਨਾਂ ਵਿੱਚ ਤੁਹਾਨੂੰ ਖਬਰ ਹੁੰਦੀ ਰਹਿੰਦੀ ਏ ਉਹਨਾਂ ਦੇ ਦਗੇ ਦੀ ਪਰ ਥੋੜੇ ਉਹਨਾਂ ਵਿੱਚੋਂ ਇਹ ਸਾਇਬ ਤੋਂ ਬਚੇ ਹੋਏ ਨੇ ਸੋ ਮਾਫ ਕਰੋ ਉਹਨਾਂ ਨੂੰ ਤੇ ਦਰਗੁਜ਼ਰ ਕਰੋ ਅੱਲਾ ਨੂੰ ਜ਼ਰੂਰ ਪਿਆਰੇ ਲੱਗਦੇ ਨੇ ਨੇਕੋਕਾਰ ਤੇ ਉਹਨਾਂ ਤੋਂ ਜਿਨ੍ਹਾਂ ਆਖਿਆ ਅਸੀਂ ਨਿਸਾਰਾਂ ਲਿਆ ਅਸੀਂ ਇਕਰਾਰ ਉਹਨਾਂ ਦਾ ਵੀ ਫੇਰ ਭੁਲਾ ਦਿੱਤੋ ਨਹੀਂ ਕਿੱਸਾ ਉਸ ਨਸੀਹਤ ਵਿੱਚੋਂ ਜੋ ਉਹਨਾਂ ਨੂੰ ਕੀਤੀ ਸੀ ਫੇਰ ਪਾ ਦਿੱਤੀ ਅਸਾਂ ਉਹਨਾਂ ਵਿੱਚ ਦੁਸ਼ਮਣੀ ਤੇ ਵੈਰ ਦਿਨ ਕਿਆਮਤ ਤੱਕ ਤੇ ਅਗੋ ਦੱਸੇਗਾ ਉਹਨਾਂ ਨੂੰ ਅੱਲਾਹ ਜੋ ਕਰਦੇ ਸਣ ਇਹ ਕਿਤਾਬ ਵਾਲਿਓ ਆਇਆ ਤੁਸਾਂ ਕੋਲ ਪੈਗੰਬਰ ਸਾਡਾ ਬਿਆਨ ਕਰਦਾ ਤੁਸਾਂ ਲਈ ਬਹੁਤ ਗੱਲਾਂ ਉਸ ਵਿੱਚੋਂ ਜੋ ਤੁਸੀਂ ਛੁਪਾਉਂਦੇ ਸੋ ਕਿਤਾਬ ਵਿੱਚੋਂ ਤੇ ਮਾਫ਼ ਕਰ ਦਿੰਦਾ ਬਹੁਤ سارے ਗੁਨਾਹ ਆਇਆ ਤੁਸਾਂ ਕੋਲ ਅੱਲਾਹ ਵੱਲੋਂ ਚਾਨਣ ਦਿੱਕਤਾ ਬਿਆਨ ਕਰਨ ਵਾਲੀ ਸਲਾਮਤੀ ਦੇ ਰਾਹ ਪਾਉਂਦਾ ਅੱਲਾਹ ਉਸ ਨਾਲ ਉਸ ਨੂੰ ਜਿਹੜੇ ਤੁਰੇ ਉਹਦੇ ਰਜ਼ਾ ਉੱਤੇ ਤੇ ਕੱਢਦਾ ਹੈ ਉਹਨਾਂ ਨੂੰ ਹਨੇਰਿਆਂ ਤੋਂ ਚਾਨਣ ਵੱਲ ਆਪਣੇ ਹੁਕਮ ਨਾਲ ਤੇ ਪਾਉਂਦਾ ਹੈ ਉਹਨਾਂ ਨੂੰ ਰਾਹ ਸਿੱਧੇ ਜ਼ਰੂਰ ਬੇਈਮਾਨ ਹੋ ਗਏ ਜਿੰਨਾਂ ਆਖਿਆ ਭਈ ਖੁਦਾ ਜ਼ਰੂਰ ਉਹ ਮਸੀਹ ਮਰੀਮ ਦਾ ਪੁੱਤਰ ਹੈ ਇਹ ਵੀ ਤੁਸੀਂ ਆਖੋ ਕਿਸ ਦਾ ਚੱਲਦਾ ਹੈ ਅੱਲਾ ਦੇ ਅੱਗੇ ਬਸ ਜੇ ਚਾਹੇ ਫਲਾ ਕਰਨਾ ਮਸੀਹ ਮਰੀਮ ਦੇ ਪੁੱਤਰ ਨੂੰ ਤੇ ਉਹਦੀ ਮਾਂ ਨੂੰ ਤੇ ਜਿਹੜਾ ਕੋਈ ਜ਼ਮੀਨ ਵਿੱਚ ਸਭ ਨੂੰ ਤੇ ਅੱਲਾ ਹੀ ਦਾ ਰਾਜ ਹੈ ਅਸਮਾਨਾਂ ਤੇ ਜ਼ਮੀਨ ਦਾ ਤੇ ਦੋ ਜਗਾ ਇਹਨਾਂ ਦੇ ਵਿਚਕਾਰ ਹੈ ਪੈਦਾ ਕਰਦਾ ਜੋ ਚਾਵੇ ਕਿ ਅੱਲਾ ਦਾ ਹਰ ਸ਼ਾਇਤੇ ਵਾਸ ਚਲਦਾ ਹੈ ਕਿ ਆਖਿਆ ਯਹੂਦੀਆਂ ਤੇ ਨਸਰਾਨੀਆਂ ਨੇ ਅਸੀਂ ਪੁੱਤਰਾਂ ਅੱਲਾ ਦੇ ਤੇ ਪਿਆਰੇ ਆ ਉਹ ਦੇ ਹਬੀਬ ਤੁਸੀਂ ਉਹਨਾਂ ਨੂੰ ਪੁੱਛੋ ਫਿਰ ਕਿਉਂ ਸਜ਼ਾ ਦਿੰਦਾ ਹੈ ਤੁਹਾਨੂੰ ਤੁਹਾਡੇ ਗੁਨਾਹ ਉਤੋਂ ਸਭੋ ਤੁਸੀਂ ਵੀ ਬੰਦੇ ਹੋ ਉਹਦੀ مخلوਕ ਵਿੱਚੋਂ ਬਖਸ਼ੇ ਜਿੰਨੂੰ ਚਾਵੇ ਤੇ ﻋذاب ਕਰੇ ਜਿੰਨੂੰ ਚਾਵੇ ਅੱਲਾ ਹੀ ਦਾ ਰਾਜ ਹੈ ਅਸਮਾਨਾਂ ਤੇ ਜ਼ਮੀਨ ਦਾ ਤੇ ਜੋ ਕੁਝ ਵੀ ਇਹਨਾਂ ਦੇ ਵਿਚਕਾਰ ਹੈ ਤੇ ਉਸੇ ਹੀ ਵੱਲ ਮੁੜਨਾ ਹੈ ਇਹ ਕਿਤਾਬ ਵਾਲਿਓ ਆਇਆ ਤੁਸਾਂ ਕੋਲ ਪੈਗੰਬਰ ਸਾਡਾ ਬਿਆਨ ਕਰਦਾ ਹੈ ਤੁਸਾਂ ਲਈ ਪਿੱਛੇ ਟੋਟਾ ਪੈਣੇ ਪੈਗੰਬਰਾਂ ਦੇ ਤਾਂ ਤੁਸੀਂ ਨਾ ਆਖੋ ਪਈ ਨਹੀਂ ਆਇਆ ਸਾ ਕੋਲ ਕੋਈ ਖੁਸ਼ਖਬਰੀ ਸੁਣਾਉਣ ਵਾਲਾ ਤੇ ਨਾ ਡਰਾਉਣ ਵਾਲਾ ਸੋ ਆ ਚੁਕਾ ਹੈ ਤੁਸਾਂ ਕੋਲ ਖੁਸ਼ੀ ਸੁਣਾਉਣੇ ਵਾਲਾ ਤੇ ਡਰਾਉਣੇ ਵਾਲਾ ਕਿ ਅੱਲਾਹ ਦਾ ਹਰ ਕਾਰ세 ਉੱਤੇ ਬਸ ਚੱਲਦਾ ਹੈ। ਜਦ ਆਖਿਆ موسی ਨੇ ਆਪਣੀ ਕੌਮ ਨੂੰ ਐ ਮੇਰੀ ਕੌਮ ਯਾਦ ਕਰੋ ਐਸ਼ਾਨ ਅੱਲਾ ਦਾ ਤੁਹਾਡੇ ਸਿਰ ਜਦ ਪੈਦਾ ਕੀਤੇ ਤੁਸਾਂ ਵਿੱਚ ਪੈਗੰਬਰ ਤੇ ਕਰ ਦਿੱਤਾ ਤੁਸਾਨੂੰ ਬਾਦਸ਼ਾਹ ਤੇ ਦਿੱਤਾ ਤੁਸਾਨੂੰ ਜੋ ਨਹੀਂ ਦਿੱਤਾ ਕਿਸੇ ਨੂੰ ਸਾਰੇ ਜੱਗ ਵਿੱਚ। ਐ ਮੇਰੀ ਕੌਮ ਚੱਲ ਬੜੋ ਉਸ پاک ਜ਼ਮੀਨ ਵਿੱਚ ਜੋ ਲਿਖ ਦਿੱਤੀ ਅੱਲਾ ਨੇ ਤੁਹਾਡੇ ਨਾਂ ਤੇ ਨਾ ਮੁੜ ਜਾਓ ਮਗਰ ਫੇਰ ਕੇ ਵਰਨਾ ਮੁੜ ਜਾਓਗੇ ਨਾ ਮੁਰਾਦ ਕਾਟਾ ਖਾ ਕੇ ਆਖਿਓ ਨੇ ਐ موسی ਉਥੇ ਰਹਿੰਦੇ ਨੇ ਲੋਕ ਜ਼ੋਰਾਵਰ ਤੇ ਅਸਾਂ ਹਰਗਿਜ਼ ਨਹੀਂ ਵਰਨਾ ਉਥੇ ਜਦ ਤੱਕ ਨਾ ਨਿਕਲਣੋਂ ਉਥੋਂ ਫੇਰ ਜੇ ਨਿਕਲ ਜਾਣਗੇ ਉਥੋਂ ਤਾਂ ਅਸੀਂ ਵੜਾਂਗੇ ਤੇ ਦੋ ਮਰਦਾਂ ਨੇ ਉਹਨਾਂ ਵਿੱਚੋਂ ਜਿਹੜੇ ਡਰਦੇ ਸਨ ਜਿਨ੍ਹਾਂ ਦੋਵਾਂ ਉੱਤੇ ਇਹਸਾਨ ਕੀਤਾ ਸੀ ਅੱਲਾ ਨੇ ਆਖਿਆ ਭਈ ਚੱਲ ਵੜੋ ਉਹਨਾਂ ਉੱਤੇ ਤਵਾ ਕਰਕੇ ਦਰਵਾਜ਼ੇ ਵਿੱਚ ਫੇਰ ਜਦ ਤੁਸੀਂ ਉਸ ਵਿੱਚ ਵੜੇ ਤਦ ਤੁਸੀਂ ਜਿੱਤ ਗਏ ਕਿ ਅੱਲਾ ਹੀ ਉੱਤੇ ਭਰੋਸਾ ਕਰੋ ਜੇ ਤੁਸੀਂ ਇਮਾਨਦਾਰ ਹੋ ਪਰ ਆਖਿਓ ਨੇ ਇਹ موسی ਅਸਾ ਹਰਗिज ਨੀ ਵਰਨਾ ਉੱਥੇ ਕਦੇ ਵੀ ਜੱਤਾਂ ਕੋ ਉੱਥੇ ਰਹਿਣਗੇ ਸੋ ਜਾ ਤੂੰ ਤੇ ਤੇਰਾ ਰੱਬ ਫੇਰ ਦੋਵੇਂ ਲੜੋ ਅਸੀਂ ਇੱਥੇ ਬੈਠੇ ਆਂ موسی ਅੱਖ ਲਗਾ ਮੇਰੇ ਰੱਬਾ ਮੇਰੇ ਵਸ ਵਿੱਚ ਨਹੀਂ ਪਰ ਆਪਣੀ ਜਾਨ ਤੇ ਆਪਣਾ ਭਰਾ ਸੋ ਨਤਾਰਾ ਕਰ ਵਿੱਚ ਸਾਡੇ ਤੇ ਵਿੱਚ ਬੇਫਰਮਾਨਾ ਲੋਕਾਂ ਦੇ ਅੱਲਾ ਕਰੀਮ ਫਰਮਾਇਆ ਤਾਂ ਉਹ ਜ਼ਮੀਨ ਬੰਦ ਕਰ ਦਿੱਤੀ ਗਈ ਹੈ ਨਾ ਤੂੰ ਚਾਲੀ ਬਰੇ ਹੈਰਾਨ ਫਿਰਨਗੇ ਜ਼ਮੀਨ ਵਿੱਚ ਸੋ ਨਾ ਅਫਸੋਸ ਕਰ ਬੇਫਰਮਾਨ ਲੋਕਾਂ ਹੁੰਦੇ ਤੇ ਪੜੇ ਨਾ ਅੱਗੇ ਹਾਲ ਆਦਮ ਦੇ ਦੋ ਪੁੱਤਰਾਂ ਦਾ ਸਹੀ ਸਹੀ ਜਦ ਦੋਵਾਂ ਨੇ ਨیاز ਦਿੱਤੀ ਫਿਰ ਕਬੂਲ ਹੋ ਗਈ ਦੋਵਾਂ ਵਿੱਚੋਂ ਇੱਕ ਦੀ ਤੇ ਨਾ ਕਬੂਲ ਹੋਈ ਦੂਜੇ ਦੀ ਇੱਕ ਨੇ ਆਖਿਆ ਮੈਂ ਜ਼ਰੂਰ ਤੈਨੂੰ ਮਾਰ ਸੁੱਟਾਂਗਾ ਆਖਣ ਲੱਗਾ ਅੱਲਾ ਕਬੂਲ ਕਰਦਾ ਹੈ ਨਜ਼ਰ ਨਿਰਾ ਪਰੇਸ਼ਗਾਰਾਂ ਦੀ ਜੇ ਤੂੰ ਪਸਾਰੇਗਾ ਮੇਰੇ ਵੱਲ ਹੱਥ ਆਪਣਾ ਤਾਂ ਮਾਰ ਦੇ ਮੈਨੂੰ ਮੈਂ ਨਹੀਂ ਪਸਾਰਨਾ ਹੱਥ ਆਪਣਾ ਤੇਰੇ ਵੱਲ ਮਾਰਨ ਨੂੰ ਮੈਂ ਡਰਨਾ ਅੱਲਾ ਤੋਂ ਜੋ ਰੱਬ ਏ ਸਾਰੇ ਜਗ ਦਾ ਮੈਂ ਚਾਹਨਾ ਭਾਈ ਲੈ ਮੋੜੇ ਤੂੰ ਗੁਨਾਹ ਮੇਰਾ ਵੀ ਤੇ ਗੁਨਾਹ ਆਪਣਾ ਵੀ ਫਿਰ ਹੋ ਜਾਵੇਂ ਅਗ ਦੇ ਰਹਿਣ ਵਾਲਿਆਂ ਥੀ ਤੇ ਇਹੋ ਹੀ ਸਜ਼ਾ ਜ਼ਾਲਮਾਂ ਦੀ ਏ ਫਿਰ ਰਾਜ਼ੀ ਕੀਤਾ ਉਹਨੂੰ ਉਹਦੇ ਜੀ ਨੇ ਆਪਣੇ ਭਰਾ ਦਾ ਖੂਨ ਕਰਨ ਉਤੇ ਫਿਰ ਮਾਰ ਦਿੱਤੋ ਸੂਹ ਨੂੰ ਫਿਰ ਹੋ ਗਿਆ ਕਾਟੇ ਵਾਲਿਆਂ થી ਫਿਰ ਭੇਜਿਆ ਅੱਲਾ ਨੇ ਇੱਕ ਕਾਂ ਜ਼ਮੀਨ ਖੋਤਰਦਾ ਤਾਂ ਬਖਾ ਦੇ ਉਹਨੂੰ ਕਿਸ ਤਰ੍ਹਾਂ ਕੱਜੇ লাশ ਆਪਣੇ ਭਰਾ ਦੀ ਅੱਖਣ ਦਾ ਅਫਸੋਸ ਮੈਨੂੰ ਮੈਂ ਇਦੋਂ ਵੀ ਰਹਿ ਚੁਕਾ ਜੇ ਹੁੰਦਾ ਮੈਂ ਇਸ ਕਾਂਝ ਫਿਰ ਕੱਜ ਦਿੰਦਾ লাশ ਆਪਣੇ ਭਰਾ ਦੀ ਫਿਰ ਹੋ ਗਿਆ ਪਛੋਤਾਨ ਵਾਲਿਆਂ ਵਿੱਚੋਂ ਇਸ ਵਾਸਤੇ ਅਸਾਂ ਲਿਖ ਦਿੱਤਾ ਬਣੀ ਇਸرائیਲ ਉਤੇ ਇਹ ਫਰਮਾਨ ਪਈ ਜਿੰ ਕਿਸੇ ਇਨਸਾਨ ਨੂੰ ਖੂਨ ਦੇ ਬਦਲੇ ਜਾਂ ਜ਼ਮੀਨ ਵਿੱਚ ਫਸਾਦ ਪਾਣੇ ਦੇ ਸਿਵਾ ਕਿਸੇ ਸਬਬੋਂ ਕਤਲ ਕੀਤਾ ਉਸ ਨੇ ਤੇ ਖੂਨ ਕੀਤਾ ਸਾਰਿਆਂ ਲੋਕਾਂ ਦਾ ਤੇ ਜਿੰ ਜਵਾਬ ਦਿੱਤੀ ਇੱਕ ਜਾਨ ਕਿਹ ਜਵਾਬ ਦਿੱਤਾ ਸਾਰਿਆਂ ਲੋਕਾਂ ਨੂੰ ਪਰ ਉਹਨਾਂ ਦਾ ਹਾਲ ਇਹ ਹੈ ਜੇ ਜ਼ਰੂਰ ਲਿਆਏ ਉਹਨਾਂ ਕੋਲ ਸਾਡੇ ਪੈਗੰਬਰ ਨਿਸ਼ਾਨੀਆਂ ਸਾਹਤ ਆ ਫਿਰ ਵੀ ਬਹੁਤੇ ਉਹਨਾਂ ਵਿੱਚੋਂ ਪਿੱਛੇ ਇਸ ਦੇ ਮੁਲਕ ਵਿੱਚ ਦਸਦਰਾਦੀਆਂ ਕਰਦੇ ਨੇ ਜਿਹੜੇ ਲੜਦੇ ਨੇ ਅੱਲਾਹ ਤੇ ਉਹਦੇ ਪੈਗੰਬਰ ਨਾਲ ਤੇ ਦੌੜਦੇ ਫਿਰਦੇ ਨੇ ਮੁਲਕ ਵਿੱਚ ਫਸਾਦ ਮਚਾਉਂਦੇ ਸਜ਼ਾ ਉਹਨਾਂ ਦੀ ਨਿਲੀ ਇਹ ਹੋਏ ਜੋ ਮਾਰ ਦਿੱਤੇ ਜਾਣ ਜਾਂ ਸੂਲੀ ਚੜ ਜਾਣ ਜਾਂ ਵੱਢੇ ਜਾਣ ਹੱਥੋਂ ਉਹਨਾਂ ਦੇ ਤੇ ਪੈਰ ਉਹਨਾਂ ਦੇ ਪੁੱਠੀ ਤਰਫੋਂ ਜਾਂ ਕੱਢੇ ਜਾਣ ਮੁਲਕੋਂ ਇਹ ਤੇ ਹੋਈ ਉਹਨਾਂ ਲਈ ਪੰਦੀ ਦੁਨੀਆ ਵਿੱਚ ਤੇ ਉਹਨਾਂ ਲਈ ਆਖਰਤ ਵਿੱਚ ਮਾਰ ਹੈ ਬੜੀ ਪਰ ਜਿੰਨਾਂ ਤੋਬਾ ਕੀਤੀ ਪਹਿਲੇ ਇਸ ਦੇ ਜੋ ਤੁਹਾਡਾ ਉਹਨਾਂ ਉੱਤੇ ਕਾਬੂ ਚੱਲੇ ਤਾਂ ਜਾਣ ਰੱਖੋ ਜੋ ਅੱਲਾ ਜ਼ਰੂਰ ਬਖਸ਼ਨਾਰ ਮਿਹਰਮਾਨ ਹੈ ਐ ਇਮਾਨਦਾਰੋ ਬਚੋ ਅੱਲਾ ਤੋਂ ਤੇ ਟੁੰਡੋ ਤਰਫੋ ਦੀ ਜਨਾਬ ਦੇ ਵਸੀਲਾ ਤੇ ਲੜੋ ਦੇ ਰਾਹ ਵਿੱਚ ਤਾਂ ਤੁਸੀਂ ਮੁਰਾਦਾਂ ਪਾਓ ਤੇ ਖੂਬ ਜਾਣ ਲਾਓ ਜਿਹੜੇ ਬੇਈਮਾਨ ਹੋਏ ਨੇ ਜੇ ਕਦੇ ਹੋਵੇ ਉਹਨਾਂ ਕੋਲ ਜਿੰਨਾ ਕੁਝ ਜ਼ਮੀਨ ਵਿੱਚ ਹੈ ਸਾਰਾ ਤੇ ਉਤਨਾ ਹੀ ਨਾਲ ਉਸ ਦੇ ਹੋਰ ਤਾਂ ਉਹ ਸਾਰਾ छुटਵਾਈ ਦੇ ਦੇਣ ਦਿਨ ਕਿਆਮਤ ਦੇ ਅਜ਼ਾਬੋਂ ਨਾ ਕਬੂਲ ਹੋਵੇ ਉਹਨਾਂ ਤੋਂ ਤੇ ਉਹਨਾਂ ਨੂੰ ਦੁੱਖ ਦੀ ਮਾਰ ਮਿਲ ਕੇ ਰਹੇਗੀ ਚਾਣਗੇ ਜੋ ਨਿਕਲਣ ਆਗਤੋਂ ਤੇ ਨਹੀਂ ਹੋ ਉਹਨਾਂ ਨਾ ਨਿਕਲਣਾ ਉੱਥੋਂ ਤੇ ਉਹਨਾਂ ਨੂੰ ਆਜ਼ਾਦ ਸਦਾ ਤੇ ਜੋ ਚੋਰ ਤੇ ਚੋਰਨੀ ਐ ਸੋ ਵੱਢ ਦਿਵਾਤੋਂ ਉਹਨਾਂ ਦੇ ਸਦਾ ਉਹਨਾਂ ਦੇ ਕੀਚੇ ਜੀ ਅਜ਼ਾਬ ਅੱਲਾ ਵੱਲੋਂ ਤੇ ਅੱਲਾ ਜ਼ੋਰ ਆਵਰ ਹਕਮਤ ਵਾਲਾ फिर जिन तोबा की थी, पिछे अपनी दे, ते अपने आप ना अल्लाह जरूर तोबा कबूल कर दल्ला अल्ला आसमान आसमाना जमीन दे आदाब करे जिस ना ते बख्शे जिस ना ते अल्लाह दर कासे बस चलद हबीब तेन गम पावन ਜਿਹੜੇ ਦਰਦੇ ਫਿਰਦੇ ਨੇ ਬਈਮਾਨੀ ਦੇ ਰਾਹ ਵਿੱਚ ਉਹ ਜਿਹੜੇ ਆਪਣੇ ਮੂੰਹਾਂ ਨਾਲ ਆਖਦੇ ਨੇ ਅਸਾਂ ਮੰਨਿਆ ਏ ਤੇ ਨਹੀਂ ਮੰਨਿਆ ਉਹਨਾਂ ਦੇ ਦਿਲਾਂ ਨੇ ਤੇ ਉਹ ਜਿਹੜੇ ਯਹੂਦੀ ਬਣੇ ਨੇ ਬੜੇ ਸੁਣਨ ਵਾਲੇ ਝੂਠ ਦੇ ਸੁਣਨ ਗੁਣ ਵਾਲੇ ਹੋਰ ਲੋਕਾਂ ਦੀ ਜੋ ਨਹੀਂ ਕਦੇ ਆਏ ਤੇਰੇ ਕੋਲ ਬਦਲਦੇ ਨੇ ਅੱਲਾ ਦੇ ਕलाम ਦੀਆਂ ਗੱਲਾਂ ਨੂੰ ਉਹਨਾਂ ਦੀ ਅਸਲ ਜਗ੍ਹਾ ਛੱਡ ਕੇ ਤੇ ਆਖਦੇ ਨੇ ਲੋਕਾਂ ਨੂੰ ਜੇ ਇਹ ਮਿਲਿਓ ਜੇ ਹੁਕਮ ਤਾਂ ਲਈਓ ਤੇ ਜੇ ਇਹ ਨਾ ਮਿਲਿਓ ਜੇ ਤਾਂ ਬਚਿਓ ਤੇ ਜਿਸ ਦਾ ਰਾਹ ਮਾਰਨਾ ਚਾਹੇ ਅੱਲਾ ਸੋ ਤੂੰ ਉਸ ਦਾ ਕੁਝ ਨਹੀਂ ਕਰ ਸਕਦਾ ਅੱਲਾ ਦੇ ਕੋਲ ਇਹ ਲੋਕ ਉਹ ਨੇ ਜੋ ਨਹੀਂ ਚਾਹਿਆ ਅੱਲਾ ਨੇ ਜੋ پاک ਕਰਦੇ ਉਹਨਾਂ ਦੇ ਦਿਲ ਉਹਨਾਂ ਲਈ ਦੁਨੀਆ ਵਿੱਚ ਭੰਡੀ ਏ ਤੇ ਉਹਨਾਂ ਲਈ ਆਖਰਤ ਵਿੱਚ ਬੜੀ ਮਾਰ ਏ ਇਹ ਲੋਕ ਬੜੇ ਸੁਣਨੇ ਵਾਲੇ ਝੂਠ ਦੇ ਬੜੇ ਹਰਾਮ ਖਾਣ ਵਾਲੇ ਨੇ ਫਿਰ ਜਿ ਆਵਣ ਤੇਰੇ ਕੋਲ ਆਪਣੇ ਮੁਕਦਮੇ ਲੈ ਕੇ ਚਾਹੋ ਤੇ ਫੈਸਲਾ ਕਰ ਦਿਓ

ਸੋ ਉਹਨੇ ਬੇਈਮਾਨ ਤੇ ਲਿਖ ਦਿੱਤਾ ਸਾਨੂੰ ਉਤੇ ਤੋਰਤ ਵਿੱਚ ਭਈ ਜਾਨ ਬਦਲੇ ਜਾਨ ਦੇ ਤੇ ਅੱਖ ਬਦਲੇ ਅੱਖ ਦੇ ਤੇ ਨੱਕ ਬਦਲੇ ਨੱਕ ਦੇ ਤੇ ਕੰਨ ਬਦਲੇ ਕੰਨ ਦੇ ਤੇ ਦੰਦ ਬਦਲੇ ਦੰਦ ਦੇ ਤੇ ਫੱਟਾਂ ਜ਼ਖਮਾਂ ਦਾ ਬਦਲਾਏ ਬਰਾਬਰ ਫਿਰ ਜਿਹਨੂੰ ਬਖਸ਼ ਦਿੱਤਾ ਯਾਨੀ ਕਿਸਾਸ ਨਾ ਲਿਆ ਤਾਂ ਉਹ پاک ਕਰਦਾ ਹੈ ਉਹਨੂੰ ਤੇ ਜਿਹੜਾ ਨਾ ਹੁਕਮ ਕਰੇ ਮੁਆਫਕ ਅੱਲਾ ਦੇ ਉਤਾਰੇ ਹੋਏ ਦੇ ਤਾਂ ਉਹਨੇ ਹੱਥਿਆਰੇ ਜ਼ਾਲਿਮ ਮਗਰੋਂ ਕਲੇ ਆਸਾ ਉਹਨਾਂ ਦੇ ਕਦਮੋ ਕਦਮੀ ਈਸਾ ਮਰੀਮ ਦੇ ਪੁੱਤਰ ਨੂੰ ਸੱਚ ਆਖਦਾ ਹੈ ਆਪਣੇ ਤੋਂ ਅਗਲੀ ਤੌਰਾਤ ਨੂੰ ਤੇ ਦਿੱਤੀ ਆਸਾ ਉਹਨੂੰ ਇੰਜੀਲ ਜਿਸ ਵਿੱਚ ਹਦਾਇਤ ਤੇ ਚਾਨਣ ਹੈ ਤੇ ਸੱਚ ਆਖਦੀ ਹੈ ਆਪਣੇ ਤੋਂ ਅਗਲੀ ਤੌਰਾਤ ਨੂੰ ਜਿਹੜੀ ਹਦਾਇਤ ਤੇ ਨਸੀਹਤ ਸੀ ਬਾਅਦ ਚੇ ਤੁਰਦਿਆਂ ਨੂੰ ਤੇ ਚਾਹੇ ਜੋ ਹੁਕਮ ਕਰਨ ਇੰਜੀਲ ਵਾਲੇ ਉਸ ਨਾਲ ਜੋ ਉਤਾਰੇ ਅੱਲਾ ਨੇ ਉਸ ਵਿੱਚ ਤੇ ਜਿਹੜਾ ਨਾ ਹੁਕਮ ਕਰੇ ਮੁਆਫਕ ਉਤਾਰੇ ਹੋਏ ਅੱਲਾ ਦੇ ਸੋ ਉਹਨੇ ਬੇਫਰਮਾਨ ਤੇ ਉਤਾਰੀ ਅਸਾਂ ਤੇਰੇ ਵੱਲ ਕਿਤਾਬ ਸੱਚ ਨਾਲ ਸੱਚ ਆਖਦੀ ਆਪਣੇ ਤੋਂ ਅਗਲੀ ਕਿਤਾਬ ਨੂੰ ਤੇ ਨਿਗਰਾਨੀ ਕਰਦੀ ਉਸ ਦੀ ਸੋ ਹੁਕਮਕਾਰਾਂ ਵਿੱਚ ਮੁਆਫਕ ਅੱਲਾ ਦੇ ਉਤਾਰੇ ਹੋਏ ਦੇ ਤੇ ਮਗਰਸ ਨਾ ਤੂਰੋਂ ਨਾ ਦੀ ਚਾਹ ਦੇ ਉਸ ਸੱਚ ਨੂੰ ਛੱਡ ਕੇ ਜੋ ਪਹੁੰਚ ਚੁੱਕਾ ਤੈਨੂੰ ਹਰ ਇੱਕ ਨੂੰ ਤੁਸਾਂ ਵਿੱਚੋਂ ਠਹਿਰਾ ਦਿੱਤੀ ਅਸਾਂ ਸ਼ਰ੍ਹਾ ਤੇ ਰਾ ਤੇ ਜੇ ਕਦੇ ਚਾਹਦਾ ਅੱਲਾ ਤਾਂ ਕਰ ਦਿੰਦਾ ਤੁਸਾਂ ਨੂੰ ਇੱਕੋ ਦਿਨ ਉਤੇ ਪਰ ਜੋ ਅਜ਼ਮਾਵੇ ਤੁਸਾਂ ਨੂੰ ਉਸ ਹੁਕਮ ਵਿੱਚ ਜੋ ਦਿੱਤਾ ਸੂ ਤੁਸਾਂ ਨੂੰ ਸੋ ਵੱਧ ਵੱਧ ਕੇ ਕਰੋ ਨੇਕੀਆਂ ਅੱਲਾ ਹੀ ਵਾਲੇ ਮੋੜਨਾ ਤੁਹਾਡਾ ਸਾਰਿਆਂ ਦਾ ਫਿਰ ਦੱਸੇਗਾ ਤੁਹਾਨੂੰ ਜਿਸ ਗੱਲ ਵਿੱਚ ਤੁਸੀਂ ਝਗੜਦੇ ਰਹੇ ਸੋ ਤੇ ਹਬੀਬ ਅੱਲਾ ਦੇ ਉਤਾਰੇ ਹੋਏ ਮੁਆਫਕ ਹੁਕਮ ਕਰ ਉਹਨਾਂ ਵਿੱਚ ਤੇ ਮਗਰ ਨਾ ਤੁਰੇ ਉਹਨਾਂ ਦੀ ਚਾਹ ਦੇ ਤੇ ਹੁਸ਼ਿਆਰ ਰਹੁ ਉਹਨਾਂ ਤੋਂ ਜੋ ਛੜਕਾ ਨਾ ਦੇਣ ਤੈਨੂੰ ਕਿਸੇ ਹੁਕਮ ਤੋਂ ਜੋ ਉਤਾਰਿਆ ਅੱਲਾ ਨੇ ਤੇਰੇ ਵੱਲ ਫੇਰ ਜੇ ਮੂੰਹ ਫੇਰਨ ਤਾਂ ਜਾਣ ਲੈ ਭਈ ਅੱਲਾ ਨਿਹਰਾ ਇਹੋ ਚਾਹਂਦਾ ਹੈ ਜੋ ਮੁਸੀਬਤ ਪੁਚਾਏ ਉਹਨਾਂ ਨੂੰ ਬਦਲੇ ਉਹਨਾਂ ਦੇ ਕੁਝ ਗੁਨਾਹ ਦੇ ਤੇ ਬਹੁਤੇ ਲੋਕਾਂ ਵਿੱਚੋਂ ਜ਼ਰੂਰੀ ਬੇਫਰਮਾਨ ਨੇ ਕਿਉਂ ਫਿਰ ਕੁਫਰ ਦੇ ਵੇਲੇ ਯਾਨੀ ਜਾਲੀਅਤ ਦੇ ਜ਼ਮਾਨੇ ਦਾ ਹੁਕਮ ਟੁੰਡਦੇ ਨੇ ਤੇ ਕੌਣ ਹੈ ਵਦੇਰਾ ਸੋਣਾ ਹੁਕਮ ਕਰਨ ਵਾਲਾ ਅੱਲਾ ਨਾਲੋਂ ਯਕੀਨ ਕਰਨ ਵਾਲਿਆਂ ਲੋਕਾਂ ਲਈ ਐ ਇਮਾਨਦਾਰੋ ਨਾ ਬਣਾਓ ਯਹੂਦੀਆਂ ਤੇ ਨਸਰਾਨੀਆਂ ਨੂੰ ਦੋਸਤ ਇਕ ਕੋ ਨਾਲ ਦੇ ਦੋਸਤ ਨੇ ਇਕ ਨਾਲ ਦੇ ਆਪਸ ਵਿੱਚ ਤੇ ਜਿਹੜਾ ਦੋਸਤ ਬਣਾਏਗਾ ਉਹਨਾਂ ਨੂੰ ਤੁਸਾਂ ਵਿੱਚੋਂ ਤਾਂ ਉਹ ਜ਼ਰੂਰ ਹੋਣਾ ਵਿੱਚੋਂ ਹੈ ਅੱਲਾ ਜ਼ਾਲਮਾਂ ਲੋਕਾਂ ਨੂੰ ਰਾਹ ਨਹੀਂ ਪਾਉਂਦਾ ਹੁਣ ਤੂੰ ਵੇਖੇਗਾ ਜਿਨ੍ਹਾਂ ਦੇ ਦਿਲਾਂ ਵਿੱਚ ਇਹ ਰੋਗ ਹੈ ਨਿਫਾਕ ਦਾ ਦੌੜ ਕੇ ਮਿਲਦੇ ਨੇ ਆਖਦੇ ਨੇ ਅਸੀਂ ਡਰਨੇ ਆ ਜੋ ਪਹੁੰਚੇ ਸਾਨੂੰ ਚੱਕਰ ਜ਼ਮਾਨੇ ਦਾ ਸੋ ਸ਼ਾਇਦ ਅੱਲਾ ਜਲਦ ਭੇਜੇ ਫਤਾ ਜਾਂ ਕੋਈ ਹੋਰ ਗੱਲ ਆਪਣੇ ਕੋਲੋਂ ਫਿਰ ਉਹ ਜਾਣ ਕੇ ਆਪਣੇ ਜੀਆਂ ਵਿੱਚ ਛਪਾਈ ਹੋਈ ਗੱਲ ਉੱਤੇ ਪਛਿਮਾਨ ਤੇ ਆਖਣਗੇ ਉਸ ਵੇਲੇ ਇਮਾਨਦਾਰ ਭਲਾ ਇਹ ਉਹ ਲੋਕ ਨੇ ਜਿਨ੍ਹਾਂ ਕਸਮਾਂ ਖਾਧੀਆਂ ਅੱਲਾ ਦੀਆਂ ਪੱਕੀਆਂ ਕਸਮਾਂ ਆਪਣੀਆਂ ਭਈ ਉਹ ਜ਼ਰੂਰ ਤੁਸਾਂ ਨਾਲ ਨੇ ਔਗਟ ਗਈਆਂ ਕਮਾਈਆਂ ਉਹਨਾਂ ਦੀਆਂ ਫਿਰ ਹੋ ਗਏ ਕਾਟੇ ਵਾਲੇ ਐ ਇਮਾਨਦਾਰੋ ਜਿਹੜਾ ਫਿਰ ਜਾਏਗਾ ਤੁਸਾਂ ਵਿੱਚੋਂ ਆਪਣੇ ਦੀਨੋਂ ਤਾਂ ਅੱਗੋਂ ਲਿਆਵੇਗਾ ਲਾ ਇੱਕ ਲੋਕ ਜਿਨ੍ਹਾਂ ਨੂੰ ਦੋਸਤ ਰੱਖਦਾ ਏ ਤੇ ਉਹ ਉਹਨੂੰ ਦੋਸਤ ਰੱਖਦੇ ਨੇ ਨਰਮ ਦਿਲ ਨੇ ਇਮਾਨਦਾਰਾਂ ਅਗੇ ਸਖਤ ਨੇ ਬੇਈਮਾਨਾਂ ਉੱਤੇ ਲੜਦੇ ਨੇ ਅੱਲਾ ਦੇ ਰਾਹ ਵਿੱਚ ਤੇ ਨਹੀਂ ਡਰਦੇ ਕਿਸੇ ਉਲਾਮ ਦੇਣ ਵਾਲੇ ਦੇ ਉਲਾਮਿਓ ਇਹੋ ਹੀ ਫਜ਼ਲ ਅੱਲਾ ਦਾ ਦਿੰਦਾ ਹੈ ਇਹ ਜਿਸ ਨੂੰ ਚਾਵੇ ਤੇ ਅੱਲਾ ਕੁਸ਼ਾਇਸ਼ ਵਾਲਾ ਹੈ ਜਾਣੂ ਤੁਹਾਡਾ ਦੋਸਤ ਨੇਰਾ ਅੱਲਾ ਹੈ ਤੇ ਪੈਗੰਬਰ ਉਹਦਾ ਤੇ ਇਮਾਨ ਵਾਲੇ ਜਿਹੜੇ ਦਰੁਸਤ ਪੜਦੇ ਨੇ ਨਮਾਜ਼ ਤੇ ਦਿੰਦੇ ਨੇ ਜ਼ਕਾਤ ਤੇ ਉਹ ਨੀਵੇਂ ਅੱਲਾ ਦੇ ਅੱਗੇ ਚੁੱਕਣ ਵਾਲੇ ਨੇ ਤੇ ਜਿਹੜਾ ਦੋਸਤ ਫੜੇਗਾ ਅੱਲਾ ਤੇ ਉਹਦੇ ਪੈਗੰਬਰ ਤੇ ਈਮਾਨ ਵਾਲਿਆਂ ਨੂੰ ਤਾਂ ਜ਼ਰੂਰ ਅੱਲਾ ਹੀ ਦੇ ਧੜੇ ਨੇ ਗਾਲਬ ਰਹਿਣਾ ਹੈ ਐ ਇਮਾਨਦਾਰੋ ਦੋਸਤ ਨਾ ਬਣਾਓ ਉਹਨਾਂ ਨੂੰ ਜਿਨ੍ਹਾਂ ਪਕੜਿਆ ਦੀਨ ਤੁਹਾਡੇ ਨੂੰ ਠੱਟਾ ਤੇ ਖੇਡ ਉਹਨਾਂ ਵਿੱਚੋਂ ਜਿਨ੍ਹਾਂ ਨੂੰ ਮਿਲੀ ਹੈ ਕਿਤਾਬ ਪਹਿਲੇ ਤੁਸਾਂ ਤੋਂ ਤੇ ਨਾ ਹੀ ਬੇਈਮਾਨਾਂ ਨੂੰ ਦੋਸਤ ਬਣਾਓ ਤੇ ਡਰੋ ਅੱਲਾ ਤੋਂ ਜੇ ਤੁਸੀਂ ਇਮਾਨਦਾਰ ਤੇ ਜਦ ਤੁਸੀਂ ਸੱਦਿਓ ਨਮਾਜ਼ ਵੱਲ ਚਿਹਰਾਂਦੇ ਨੇ ਬਾਗ ਨੂੰ ਠੱਠਾ ਤੇ ਖੇਡ ਇਹ ਇਸ ਬਬੋ ਜੋ ਉਹ ਲੋਕ ਨੇ ਜੋ ਅਕਲ ਨਹੀਂ ਰੱਖਦੇ ਤੁਸੀਂ ਆਖੋ ਇਹ ਕਿਤਾਬ ਵਾਲਿਓ ਨਹੀਂ ਐ ਫੜਦੇ ਹੋ ਸਾਡਾ ਪਰ ਇਸ ਗੱਲ ਦਾ ਜੋ ਮੰਨੇ ਆਸਾਂ ਅੱਲਾ ਨੂੰ ਤੇ ਜੋ ਉਤਰਿਆ ਸਾਡੇ ਵੱਲ ਤੇ ਜੋ ਉਤਰਿਆ ਸੀ ਪਹਿਲਾਂ ਵੀ ਤੇ ਇਸ ਦਾ ਜੋ ਬਹੁਤੇ ਤੁਹਾਡੇ ਬੇਫਰਮਾਨ ਨੇ ਤੁਸੀਂ ਆਖੋ ਭਲਾ ਮੈਂ ਦੱਸਾਂ ਤੁਹਾਨੂੰ ਜਿਸ ਦੀ ਇਦੋਂ ਬੁਰੀ ਸਜ਼ਾ ਹੈ ਅੱਲਾ ਕੋਲ ਉਹ ਜਿਸ ਨੂੰ ਫਟਕਾਰਿਆ ਅੱਲਾ ਨੇ ਤੇ ਜਿਸ ਉੱਤੇ ਗੁੱਸਾ ਕੀਤਾ ਤੇ ਬਣਾ ਦਿੱਤੇ ਉਹਨਾਂ ਵਿੱਚੋਂ ਬਾਂਦਰ ਤੇ ਸੂਰ ਤੇ ਪੂਜਿਓ ਨੇ ਸ਼ੈਤਾਨ ਨੂੰ ਉਹ ਨੇ ਬੜੇ ਵੱਦ ਦਰਜੇ ਵਿੱਚ ਤੇ ਬਦੇਰੇ ਭੁੱਲੇ ਹੋਏ ਸਿੱਧੇ ਰਾਹ ਤੇ ਜਦ ਆਉਂਦੇ ਨੇ ਤੁਸਾਂ ਕੋਲ ਆਖਦੇ ਨੇ ਅਸਾਂ ਮੰਨਿਆ ਹੈ ਨਾਲੇ ਆ ਵੀ ਬੜੇ ਸੰ ਬੇਈਮਾਨੀ ਸਮੇਤ ਤੇ ਉਹ ਨਿਕਲ ਵੀ ਗਏ ਉਸੇ ਤਰ੍ਹਾਂ ਤੇ ਅੱਲਾ ਖੂਬ ਜਾਣਦਾ ਜੋ ਛਪਾਉਂਦੇ ਰਹੇ ਨੇ ਤੇ ਵੇਖੇਗਾ ਤੂੰ ਬਹੁਤਿਆਂ ਨੂੰ ਆਣਾ ਵਿੱਚੋਂ ਦੌੜਦੇ ਫਿਰਦੇ ਨੇ ਗੁਨਾਹ ਤੇ ਹੱਦੋਂ ਲੰਘਣੇ ਵਿੱਚ ਤੇ ਹਰਾਮ ਖਾਣੇ ਵਿੱਚ ਕਈ ਬੁਰੇ ਕੰਮ ਨੇ ਜੋ ਕਰਦੇ ਰਹੇ ਨੇ ਕਿਉਂ ਨਾ ਵਰਜਿਆ ਉਹਨਾਂ ਨੂੰ ਉਹਨਾਂ ਦੇ ਦਰਵੇਸ਼ਾਂ ਤੇ ਆਲਮਾ ਨੇ ਗੁਨਾਹ ਦੀ ਗੱਲ ਕਰਨੇ ਤੇ ਹਰਾਮ ਖਾਣੇ ਉਹ ਕਈ ਬੁਰੇ ਕਰਤਬ ਨੇ ਜੋ ਕਰਦੇ ਨੇ ਆਖਿਆ ਯਹੂਦਿਆਂ ਨੇ ਹੱਥ ਅੱਲਾ ਦਾ ਭੱਜ ਗਿਆ ਉਹਨਾਂ ਦੇ ਹੱਥ ਭੱਜ ਜਾਣ ਤੇ ਫਟਕਾਰ ਪਿਓ ਨੇ ਇਸ ਕਹਨੇ ਉੱਤੇ ਸਗੋਂ ਦੋਵੇਂ ਹੱਥ ਅੱਲਾ ਦੇ ਖੁੱਲੇ ਨੇ ਖਰਚਦਾ ਹੈ ਜਿਸ ਤਰ੍ਹਾਂ ਚਾਵੇ اے ਹਬੀਬ ਜੋ ਉਤਰਿਆ ਤੇਰੇ ਰੱਬ ਵੱਲੋਂ ਤੇਰੇ ਵੱਲ ਜ਼ਰੂਰ ਵਧਾਏਗਾ ਸ਼ਰਾਰਤ ਤੇ ਬੇਈਮਾਨੀ ਉਹਨਾਂ ਵਿੱਚ ਤੇ ਪਾ ਦਿੱਤੀ ਅਸਾਂ ਉਹਨਾਂ ਵਿੱਚ ਦੁਸ਼ਮਣੀ ਤੇ ਬੈਰ ਦਿਨ ਕਿਆਮਤ ਤੱਕ ਜਦ ਬਾਲਦੇ ਨੇ ਅੱਗ ਲੜਾਈ ਵਾਸਤੇ ਅੱਲਾ ਉਸ ਨੂੰ ਮੁਜਾਹ ਦਿੰਦਾ ਹੈ ਤੇ ਦੌੜਦੇ ਨੇ ਮੁਲਕ ਵਿੱਚ ਫਸਾਦ ਪਾਣ ਲਈ ਤੇ ਅੱਲਾ ਨੂੰ ਨਹੀਂ ਪਾਉਂਦੇ ਫਸਾਦੀ ਤੇ ਜੇ ਕਦੇ ਕਿਤਾਬ ਵਾਲੇ ਮੰਦੇ ਤੇ ਬਚਦੇ ਤਾਂ ਉਤਾਰ ਦਿੰਦੇ ਅਸੀਂ ਹੀ ਉਹਨਾਂ ਦੇ ਸਿਰੋਂ ਉਹਨਾਂ ਦੀਆਂ ਬੁਰਾਈਆਂ ਤੇ ਪਾਉਂਦੇ ਅਸੀਂ ਉਹਨਾਂ ਨੂੰ ਨੇਮਤਾਂ ਦੇ ਬਿਸਤਾਂ ਵਿੱਚ ਤੇ ਜੇ ਕਦੇ ਉਹ ਕਾਇਮ ਰੱਖਦੇ ਤורה ਤੇ ਇنجੀਲ ਨੂੰ ਤੇ ਉਸ ਨੂੰ ਜੋ ਉਤਰਿਆ ਉਹਨਾਂ ਵੱਲ ਉਹਨਾਂ ਦੇ ਰੱਬ ਵੱਲੋਂ ਤਾਂ ਉਹਨਾਂ ਲਈ ਉਤੋਂ ਰਜ਼ਕ ਵਰਦਾ ਤੇ ਥਲਿਓਂ ਉਬਲਦਾ ਕੁਝ ਉਹਨਾਂ ਵਿੱਚ ਲੋਕ ਨੇ ਵਿਚਲੀ ਚਾਲਦੇ ਤੇ ਬਹੁਤੇ ਉਹਨਾਂ ਵਿੱਚੋਂ ਕੀ ਬੁਰਾ ਕੰਮ ਇਹ ਜੋ ਕਰਦੇ ਨੇ ਐ ਹਬੀਬ ਪਹੁੰਚਾ ਦੇ ਜੋ ਹੁਕਮ ਉਤਰਿਆ ਤੇਰੇ ਵੱਲ ਤੇ ਤੇਰੇ ਰੱਬ ਵੱਲੋਂ ਤੇ ਜੇ ਐਸਾ ਨਾ ਕੀਤਾ ਹੀ ਤਾਂ ਪੈਗੰਬਰੀ ਦਾ ਹੱਕ ਦਾ ਨਾ ਕੀਤਾ ਤੇ ਅੱਲਾ ਬਚਾਏਗਾ ਤੈਨੂੰ ਲੋਕਾਂ ਤੋਂ ਅੱਲਾ ਜ਼ਰੂਰ ਨਹੀਂ ਰਾਹ ਪਾਉਂਦਾ ਬੇਈਮਾਨ ਲੋਕਾਂ ਨੂੰ ਤੂੰ ਆਖ ਐ ਕਿਤਾਬ ਵਾਲਿਓ ਤੁਸੀਂ ਕਾਸੇ ਉੱਤੇ ਵੀ ਨਹੀਂ ਹੋ ਜਦ ਤੱਕ ਕਾਇਮ ਨਾ ਰੱਖੋ ਤੋ ਰਾਤ ਤੇ ਇੰਜੀਲ ਤੇ ਉਸ ਹੁਕਮ ਨੂੰ ਜੋ ਉਤਰਿਆ ਤੁਸਾਂ ਵੱਲ ਤੁਹਾਡੇ ਰੱਬ ਵੱਲੋਂ ਤੇ ਜ਼ਰੂਰ ਵਧਾਵੇਗਾ ਬਹੁਤਿਆਂ ਨੂੰ ਉਹਨਾਂ ਵਿੱਚੋਂ ਜੋ ਉਤਰੇ ਹੈ ਤੇਰੇ ਵੱਲ ਤੇਰੇ ਰੱਬ ਵੱਲੋਂ ਹਦੋਂ ਟਪਣਾ ਤੇ ਬੇਈਮਾਨੀ ਤੇ ਸਰਕਸ਼ੀ ਸੋ ਨਾ ਅਫਸੋਸ ਕਰ ਬੇਈਮਾਨ ਲੋਕਾਂ ਉੱਤੇ ਜਿਹੜੇ ਇਮਾਨਦਾਰ ਬਣੇ ਤੇ ਜਿਹੜੇ ਯਹੂਦੀ ਬਣੇ ਤੇ ਸਾਬੀ ਤੇ ਨਸਰਾਨੀ ਜ਼ਰੂਰ ਜਿੰਮਨੇ ਅੱਲਾ ਨੂੰ ਤੇ ਦਿਨ ਆਖਰਤ ਨੂੰ ਤੇ ਕੀਤਾ ਨੇਕ ਕੰਮ ਸੋ ਨਾ ਕੁਝ ਡਾਰੇ ਉਹਨਾਂ ਨੂੰ ਤੇ ਨਾ ਉਹ ਚੁਰਨਗੇ ਜ਼ਰੂਰ ਲਿਆ ਸਾਈਂ ਇਕਰਾਰ ਬਣੀ ਇਸرائیਲ ਦਾ ਤੇ ਪੇਲੇ ਅਸਾਂ ਉਹਨਾਂ ਵਲ ਬਹੁਤ ਸਾਰੇ ਪੈਗੰਬਰ ਪਰ ਜਿਸ ਵਾਰੀ ਲਿਆਇਆ ਉਹਨਾਂ ਕੋਲ ਕੋਈ ਪੈਗੰਬਰ ਜੋ ਹੁਕਮ ਉਹਨਾਂ ਦੇ ਮੰਨ ਨਹੀਂ ਬਹਾਉਂਦਾ ਇਕਨਾਂ ਨੂੰ ਝੁਟਾਇਓ ਨੇ ਟਿਕਣਾ ਦਾ ਖੂਨ ਕਰ ਦਿੱਤੋ ਨੇ ਤੂੰ ਜਾਤੋਂ ਨੇ ਜੋ ਮਾਰਨਾ ਪੈਗੀ ਫਿਰ ਅੰਨੇ ਬਣ ਗਏ ਤੇ ਬੋਲੇ ਬਣ ਗਏ ਫਿਰ ਤੋਬਾ ਕਬੂਲ ਕੀਤੀ ਅੱਲਾ ਨੇ ਉਹਨਾਂ ਦੀ ਫਿਰ ਅੰਨੇ ਬਣਦੇ ਗਏ ਤੇ ਬੋਲੇ ਬਣਦੇ ਗਏ ਬਹੁਤੇ ਉਹਨਾਂ ਵਿੱਚੋਂ ਤੇ ਅੱਲਾ ਵੇਖਦਾ ਹੈ ਜੋ ਕਰਦੇ ਨੇ ਜ਼ਰੂਰ ਬੇਈਮਾਨ ਹੋ ਗਏ ਜਿਨਾਂ ਆਖਿਆ ਭਈ ਅੱਲਾ ਜ਼ਰੂਰ ਇਹੋ ਮਸੀਹ ਪੁੱਤਰ ਮਰੀਮ ਦਾ ਏ ਤੇ ਆਖਿਆ ਮਸੀਹ ਨੇ ਇਹ ਬਣੀ ਇਸਰਾਇਲ ਪੂਜੋ ਅੱਲਾ ਨੂੰ ਜੋ ਰੱਬੇ ਮੇਰਾ ਤੇ ਰੱਬੇ ਤੁਹਾਡਾ ਗੱਲ ਐਉਂ ਐ ਜਿਸ ਬਰਾਬਰ ਕੀਤਾ ਕਿਸੇ ਨੂੰ ਅੱਲਾ ਦੇ ਸੋ ਜ਼ਰੂਰ ਹਰਾਮ ਕੀਤਾ ਅੱਲਾ ਨੇ ਉਸ ਉੱਤੇ ਬੇਇਸ਼ਤ ਤੇ ਟਿਕਾਣਾ ਉਹਦਾ ਅੱਗੇ ਤੇ ਨਹੀਂ ਕੋਈ ਹਥਿਆਰਿਆਂ ਦਾ ਮਦਦਗਾਰਾਂ ਥੀ ਜ਼ਰੂਰ ਬੇਈਮਾਨ ਹੋਏ ਜਿਨਾਂ ਆਖਿਆ ਭਈ ਅੱਲਾ ਜ਼ਰੂਰ ਤੀਸਰਾ ਹੈ ਤਿੰਨਾ ਵਿੱਚੋਂ ਤੇ ਨਹੀਂ ਕੋਈ ਮਾਬੂਦ ਸਵਾ ਇੱਕ ਮਾਬੂਦ ਦੇ ਤੇ ਜਨਾਬਾ ਆਉਣਗੇ ਉਸ ਗੱਲਾਂ ਜਿਹੜੀ ਆਖਦੇ ਨੇ ਤਾਂ ਬੇਈਮਾਨਾਂ ਨੂੰ ਉਹਨਾਂ ਵਿੱਚੋਂ ਦੁੱਖ ਦੀ ਮਾਰ ਹੈ ਕਿਉਂ ਫਿਰ ਤੋਬਾ ਨਹੀਂ ਕਰਦੇ ਅੱਲਾ ਗਏ ਤੇ ਬਖਸ਼ਿਸ਼ ਨਹੀਂ ਮੰਗਦੇ ਉਸ ਤੋਂ ਤੇ ਅੱਲਾ ਬਖਸ਼ਨਾਰ ਮਿਹਰਬਾਨ ਹੈ ਕੁਝ ਹੋਰ ਨਹੀਂ ਮੁਸੀਪਤ ਮਰੀਮ ਦਾ ਸਵਾ ਪੈਗੰਬਰ ਦੇ ਗੁਜ਼ਰ ਚੁਕੇ ਨੇ ਪਹਿਲੇ ਉਹਦੇ ਕਿੰਨੇ ਪੈਗੰਬਰ ਤੇ ਮਾਂ ਉਹਦੀ ਸਿੱਧਕਾ ਹੈ ਦੋਵੇਂ ਰੋਟੀ ਖਾਂਦੇ ਹੁੰਦੇ ਸਨ ਐ ਹਬੀਬ ਵੇਖੋ ਕਿਸ ਤਰ੍ਹਾਂ ਸੀ ਬਿਆਨ ਕਰਨੇ ਆ ਉਹਨਾਂ ਲਈ ਪਤੇ ਫਿਰ ਵੇਖੋ ਕਿੱਧਰ ਮੁੜਦੇ ਜਾਂਦੇ ਨੇ ਐ ਹਬੀਬ ਇਹਨਾਂ ਨੂੰ ਆਖੋ ਕਿਉਂ ਪੁੱਈਂ ਜੋ ਸਵਾਲ ਅੱਲਾ ਦੇ ਉਸ ਨੂੰ ਜੋ ਮਾਲਕ ਨਹੀਂ ਤੁਹਾਡੇ ਨੁਕਸਾਨ ਦਾ ਤੇ ਨਫੇ ਦਾ ਤੇ ਅੱਲਾ ਹੀ ਹੈ ਸੁਣਦਾ ਜਾਨੂ ਤੁਸੀਂ ਆਖੋ ਇਹ ਕਿਤਾਬ ਵਾਲਿਓ ਦੋਨਾਂ ਟੱਪੋ ਆਪਣੇ دین ਵਿੱਚ ਨਾ ਹੱਕ ਤੇ ਪਿੱਛੇ ਨਾ ਲੱਗੋ ਲੋਕਾਂ ਦੀ ਚਾਹ ਦੇ ਜੋ راہ ਭੁੱਲ ਗਏ ਇਹ ਦੋਂ ਪਹਿਲੇ ਤੇ ਗੁੰਮਰਾਹ ਕੀ ਤੂੰ ਨੇ ਬਤੇਰਿਆਂ ਨੂੰ ਤੇ ਪਟਕ ਗਏ ਸਿੱਧੇ راہ ਫਟਕਾਰ ਪਈ ਬੇਈਮਾਨਾ ਉਤੇ ਬਣੀ ਇਸਰਾਇਲ ਵਿਚੋਂ ਦਾਊਦ ਤੇ ਈਸਾ ਮਰੀਮ ਦੇ ਪੁੱਤਰ ਦੀ ਜ਼ੁਬਾਨੀ ਇਹ ਇਸ ਬਬ ਨਾਲ ਜੋ ਹੁਕਮ ਮੋੜਿਓ ਨੇ ਤੇ ਹੱਦੋਂ ਟੱਪਦੇ ਰਹੇ ਆਪਣੇ ਵਿੱਚ ਵਰੀਦੇ ਨਹੀਂ ਸਨ ਬੁਰੇ ਕੰਮ ਉਹ ਜਿਹੜਾ ਕਰਦੇ ਸਨ ਕਿਹ ਬੁਰਾ ਕੰਮ ਸੀ ਜੋ ਕਰਦੇ ਰਹੇ ਤੂੰ ਵੇਖਣਾ ਹੈ ਬਹੁਤਿਆਂ ਨੂੰ ਉਹਨਾਂ ਵਿੱਚੋਂ ਦੋਸਤੀ ਪਾਉਂਦੇ ਨੇ ਬੇਈਮਾਨਾਂ ਨਾਲ ਕਿਹ ਬੁਰਾ ਹੈ ਜੋ ਆਪ ਆਪਣੇ ਲਈ ਅੱਗੇ ਭੇਜਿਆ ਨੇ ਇਹ ਜੋ ਖਫਾ ਹੋਇਆ ਅੱਲਾਉਨਾ ਉਤੇ ਤੇ ਅਜ਼ਾਬ ਵਿੱਚ ਹੀ ਉਹਨਾਂ ਸਦਾ ਰਹਿਣਾ ਹੈ ਤੇ ਜੇ ਕਦੇ ਮੰਨਦੇ ਹੁੰਦੇ ਅੱਲਾਹ ਦੇ ਪੈਗੰਬਰ ਨੂੰ ਤੇ ਜੋ ਉਤਰਿਆ ਉਸ ਵੱਲ ਨਾ ਪਕੜਦੇ ਕਾਫਰਾਂ ਨੂੰ ਦੋਸਤ ਪਰ ਬਹੁਤੇ ਉਹਨਾਂ ਵਿੱਚੋਂ ਬੇਫਰਮਾਨ ਨੇ ਜ਼ਰੂਰ ਤੂੰ ਵੇਖ ਲਏਗਾ ਸਭ ਲੋਕਾਂ ਤੋਂ ਵਧੇਰਾ ਵੈਰ ਕਰਨ ਵਾਲੇ ਇਮਾਨਦਾਰਾਂ ਨਾਲ ਯਹੂਦੀਆਂ ਨੂੰ ਤੇ ਸ਼ਿਰਕ ਕਰਨ ਵਾਲਿਆਂ ਨੂੰ ਤੇ ਜ਼ਰੂਰ ਵੇਖ ਲਏਗਾ ਤੂੰ ਸਭ ਤੋਂ ਜ਼ਿਆਦਾ ਮੁਹੱਬਤ ਵਾਲੇ ਇਮਾਨਦਾਰਾਂ ਨਾਲ ਉਹਨਾਂ ਨੂੰ ਜਿਨ੍ਹਾਂ ਆਖਿਆ ਅਸੀਂ ਨਸਾਰਾ ਇਹੀ ਇਸ ਸਬਬ ਨਾਲ ਜੋ ਉਹਨਾਂ ਵਿੱਚ ਆਲਮ ਨੇ ਤੇ ਫਕੀਰ ਤੇ ਇਸ ਨਾਲ ਜੋ ਉਹ غرور ਨਹੀਂ ਕਰਦੇ ਤੇ ਜਦ ਸੁਣਦੇ ਨੇ ਜੋ ਉਤਰਿਆ پیغمبر ਵਾਲੇ ਵੇਖੀ ਤੂੰ ਅੱਖੀਆਂ ਉਹਨਾਂ ਦੀਆਂ ਉਛਲਦੀਆਂ ਨੇ ਅਥਰੂਆਂ ਨਾਲ ਉਸ ਸਬਬੋਂ ਜੋ ਪਛਾਤਿਓ ਨੇ ਗੱਲ ਸੱਚ ਦੀ ਆਖਦੇ ਨੇ ਸਾਡੇ ਰੱਬਾ ਅਸਾਂ ਮੰਨ ਲਿਆ ਸੋ ਲਿਖ ਰੱਖ ਸਾਨੂੰ ਨਾਲ ਗਵਾਈ ਦੇਣ ਵਾਲਿਆਂ ਦੇ ਤੇ ਸਾਨੂੰ ਕੀ ਹੈ ਜੋ ਅਸੀਂ ਨਾਮ ਮੰਨੀਏ ਅੱਲਾ ਨੂੰ ਤੇ ਉਸ ਸੱਚ ਨੂੰ ਜੋ ਪਹੁੰਚਿਆ ਸਾਨੂੰ ਤੇ ਅਸੀਂ ਉਮੀਦ ਰੱਖਨੇ ਆ ਜੋ ਵਾਰੇ ਸਾਨੂੰ ਰੱਬ ਸਾਡਾ ਨਾਲ ਭੜਿਆ ਲੋਕਾਂ ਦੇ ਫਿਰ ਬਦਲਾ ਦਿੱਤਾ ਉਹਨਾਂ ਨੂੰ ਅੱਲਾ ਨੇ ਇਸ ਕਹਿਣੇ ਦਾ ਬਹਿਸ਼ ਜਿੱਨਾਂ ਦੇ ਹੀਠ ਵਗਦੀਆਂ ਨੇ ਨਹਿਰਾਂ ਸਦਾ ਰਹਿਣਗੇ ਉੱਥੇ ਤੇ ਇਹ ਹੀ ਬਦਲਾ ਨੇਕਾਂ ਦਾ ਜਿਹੜੇ ਬੇਈਮਾਨ ਹੋਏ ਤੇ ਚੁਠੜਾਈਆਂ ਨੇ ਆਇਆ ਤਾਂ ਸਾਡੀਆਂ ਉਹਨਾਂ ਨੇ ਰਹਿਣ ਵਾਲੇ ਦੋਖ ਦੇ ਏ ਮੰਦਾਰੋ ਨਾ ਹਰਾਮ ਬਣਾਓ ਸੁਥਰੀ ਚੀਜ਼ਾਂ ਜੋ ਹਲਾਲ ਕੀਤੀਆਂ ਅੱਲਾਹ ਨੇ ਤੁਸਾਂ ਲਈ ਤੇ ਹੱਦੋਂ ਨਾ ਟੱਪੋ ਅੱਲਾਹ ਨੂੰ ਜ਼ਰੂਰ ਨਹੀਂ ਭਾਉਂਦੇ ਹੱਦੋਂ ਟੱਪਣ ਵਾਲੇ ਤੇ ਖਾਓ ਉਸ ਵਿੱਚੋਂ ਜੋ ਦਿੱਤਾ ਤੁਹਾਨੂੰ ਅੱਲਾਹ ਨੇ ਹਲਾਲ ਸੁਥਰਾ ਤੇ ਬਚੋ ਅੱਲਾਹ ਦੀ ਨਾਫਰਮਾਨੀ ਤੋਂ ਜਿਸ ਦੇ ਤੁਸੀਂ ਮੰਨਣ ਵਾਲਿਓ ਨਹੀਂ ਪਕਰਦਾ ਤੁਹਾਨੂੰ ਅੱਲਾਹ ਐਵੇਂ ਮੂੰਹ ਨਿਕਲ ਜਾਣ ਵਾਲੀਆਂ ਕਸਮਾਂ ਤੁਹਾਡੀਆਂ ਦੇ ਪਰ ਪਕੜਦਾ ਤੁਹਾਨੂੰ ਬਦਲੇ ਉਸ ਦੇ ਜੋ ਪੱਕੀ ਨੀਅਤ ਕੀਤੀoje ਕਸਮਾਂ ਦੀ 100 ਗੁਨਾਹ ਉਤਰਵਾਓ ਉਸ ਦਾ ਰੋਟੀ ਖਵਾ ਲੈਣਾ ਹੈ ਦਸਾਂ ਭੁਖਿਆਂ ਨੂੰ ਉਸ ਰੋਟੀ ਦੇ ਵਿੱਚ ਘਾਲੇ ਦਰਜੇ ਦੀ ਰੋਟੀ ਜੋ ਖਵਾ ਦੇਓ ਆਪਣੇ ਟੱਬਰ ਨੂੰ ਜਾਂ ਕਪੜੇ ਉਹਨਾਂ ਨੂੰ ਦੇਂਦੇ ਹੋ ਜਾਂ ਆਜ਼ਾਦ ਕਰਨਾ ਇੱਕ ਬਰਦੇ ਦਾ ਫਿਰ ਜਿਸ ਨੂੰ ਨਾ ਜੁੜੇ ਤਾਂ ਰੋਜ਼ੇ ਨੇ ਤਿੰਨ ਦਿਨ ਦੇ ਇਹ ਹੈ ਕਸਮਾਂ ਤੁਹਾਡੀਆਂ ਦਾ ਗੁਨਾਹ ਉਤਰਵਾਉ ਜਦ ਕਸਮ ਖਾ ਕੇ ਤਰੋੜ ਦਿੱਤੀ ਹੋ ਜੇ ਤੇਰਾ ਕੀ ਕਰੋ ਕਸਮਾਂ ਆਪਣੀਆਂ ਦੀ ਐਸੀ ਤਰ੍ਹਾਂ ਬਿਆਨ ਕਰਦਾ ਹੈ ਅੱਲਾ ਤੁਸਾਂ ਲਈ ਹੁਕਾਮ ਆਪਣੇ ਤਾਂ ਤੁਸੀਂ ਇਹਸਾਨ ਮੰਨੋ ਐ ਇਮਾਨਦਾਰੋ ਸ਼ਰਾਬ ਤੇ ਜੂਆ ਤੇ ਬੁੱਤ ਤੇ ਤੀਰ ਫਾਲ ਦੇ ਨੀਰੀ ਗੰਦਗੀ ਐ ਸ਼ੈਤਾਨੀ ਕੰਮਾਂ ਵਿੱਚੋਂ ਸੋਖ ਨਾਰਾ ਕਰੋ ਇਸ ਤੋਂ ਤਾਂ ਤੁਸੀਂ ਮੁਰਾਦਾਂ ਪਾਓ ਕਹਤਾਂ ਮੇਰਾ ਇਹੋ ਚਾਹੁੰਦਾ ਹੈ ਜੋ ਪਾਵੇ ਤੁਸਾਨੂੰ ਜੀ ਦੁਸ਼ਮਣੀ ਤੇ ਵੈਰ ਸ਼ਰਾਬ ਤੇ ਜੂਏ ਨਾਲ ਤੇ ਰੋਕ ਦੇ ਤੁਹਾਨੂੰ ਅੱਲਾ ਦੀ ਯਾਦੋਂ ਤੇ ਨਮਾਜ਼ੋਂ ਭਲਾ ਹੁਣ ਤੁਸੀਂ ਵਰਜੇ ਵੀ ਰਹੋਗੇ ਤੇ ਆਖੇ ਲੱਗੋ ਅੱਲਾ ਦੇ ਤੇ ਆਖੇ ਲੱਗੋ ਪੈਗੰਬਰ ਦੇ ਤੇ ਬਾਦ ਆ ਜਾਓ ਫੇਰ ਜੇ ਮੂੰਹ ਫੇਰਿਓ ਜੇ ਤਾਂ ਜਾਣ ਰੱਖੋ ਜੋ ਸਾਡੇ ਪੈਗੰਬਰ ਦੇ ਜਿੰਮੇ ਨੀਰਾ ਪੈਗਾਮ ਪਹੁੰਚਾ ਦੇਣਾ ਹੈ ਜ਼ਾਹਿਰ ਕਰਕੇ ਜਿੰਨਾ ਮੰਨਿਆ ਤੇ ਕੀਟੀਆਂ ਭਲਾਈਆਂ ਉਹਨਾਂ ਦੇ ਸਿਰ ਕੁਝ ਗੁਨਾਹ ਨਹੀਂ ਉਸ ਵਿੱਚ ਜੋ ਖਾ ਪੀ ਚੁਕੇ ਪਹਿਲੇ ਹੁਣ ਅੱਗੇ ਤੋਂ ਬਚਦੇ ਰਹੇ ਤੇ ਮੰਨਿਆ ਤੇ ਕੀਤੀਆਂ ਪਲਿਆਈਆਂ ਫੇਰ ਬਚਦੇ ਰਹੇ ਤੇ ਮੰਨਿਆ ਫੇਰ ਬਚਦੇ ਰਹੇ ਤੇ ਕੀਤੀ ਨੇਕੀ ਤੇ ਅੱਲਾ ਨੂੰ ਪਾਉਂਦੇ ਨੇ ਨੇਕੀ ਕਰਨਵਾ ਦੇ ਐ ਇਮਾਨਦਾਰੋ ਜ਼ਰੂਰ ਅਜ਼ਮਾਏਗਾ ਤੁਹਾਨੂੰ ਅੱਲਾ ਕੁਝ ਹੋਰ ਸ਼ਿਕਾਰ ਨਾਲ ਜਿਸ ਨੂੰ ਪਹੁੰਚਣਗੇ ਹੱਥ ਤੁਹਾਡੇ ਤੇ ਨੇਜ਼ੇ ਤੁਹਾਡੇ ਤਾਂ ਮਾਲੂਮ ਕਰੇ ਅੱਲਾ ਕੌਣ ਦਰਦਾਏ ਉਸ ਤੋਂ ਬਿੰਡੇਠਿਆ ਹਰ ਜਿਸ ਨੇ ਅੱਲਾਹ ਦੀ ਮੁਕੱਦਰ ਕੀਤੀ ਹੋਈ ਹੱਦੋਂ ਤجاਵਜ਼ ਕੀਤਾ ਪਿੱਛੇ ਇਸ ਦੇ ਸੋ ਉਹਨੂੰ ਦੁੱਖ ਦੀ ਮਾਰ ਐ ਐ ਇਮਾਨਦਾਰੋ ਨਾ ਮਾਰੋ ਸ਼ਿਕਾਰ ਜਦੋਂ ਤੁਸੀਂ ਇਰਾਮ ਬੱਦਾ ਹੋਵੇ ਤੇ ਜਿੰ ਸ਼ਿਕਾਰ ਮਾਰਿਆ ਤੁਸੀਂ ਵਿੱਚੋਂ ਜਾਣ ਕੇ ਤਾਂ ਬਦਲਾ ਇਹ ਬਰਾਬਰ ਉਸ ਦੇ ਜੋ ਮਾਰੇ ਉਸੂ ਚੌਖਰਾ ਵਿੱਚੋਂ ਫੈਸਲਾ ਕਰਨ ਨੂੰ ਉਸ ਦਾ ਦੋ ਇਨਸਾਫ ਵਾਲੇ ਤੁਸੀਂ ਵਿੱਚੋਂ ਤੇ ਇਹ ਨਜ਼ਰਾਨਾ ਕਾਹਦੇ ਪਹੁੰਚਾਇਆ ਜਾਏਗਾ

ਤੇ ਹਰਾਮ ਹੋਇਆ ਤੁਹਾਨੂੰ ਅਤੇ ਸ਼ਿਕਾਰ ਖੁਸ਼ਕੀ ਦਾ ਜਦ ਤੱਕ ਤੁਸੀਂ ਇਹਰਾਮ ਵਿੱਚ ਹੋ ਤੇ ਬਚੋ ਅੱਲਾ ਦੀ ਨਾਫਰਮਾਨੀ ਤੋਂ ਹੋ ਜਿਸ ਵਲ ਇਕੱਠੇ ਹੋਣਾ ਜੇ ਬਣਾਇਆ ਅੱਲਾ ਨੇ ਕਾਬਾ ਕਰ ਅਦਬ ਦਾ ਤੇ ਖੁਲਾਰ ਦਾ ਜ਼ਰੀਆ ਲੋਕਾਂ ਵਾਸਤੇ ਤੇ ਮਹੀਨਾ ਅਦਬ ਦਾ ਤੇ ਕੁਰਬਾਨੀ ਤੇ ਗਾਨੀ ਵਾਲਿਆਂ ਇਹ ਹੀ ਇਸ ਵਾਸਤੇ ਜੋ ਤੁਸੀਂ ਸਮਝੋ ਭਾਈ ਅੱਲਾ ਜ਼ਰੂਰ ਜਾਣਦਾ ਹੈ ਜੋ ਕੋਈ ਆਸਮਾਨਾਂ ਵਿੱਚ ਤੇ ਜੋ ਜ਼ਮੀਨ ਵਿੱਚ ਹੈ ਤੇ ਅੱਲਾ ਜ਼ਰੂਰ ਹਰ ਕਾਸੇ ਦਾ ਜਾਣੂ ਹੈ ਜਾਣ ਰੱਖੋ ਜੋ ਅੱਲਾ ਦੀ ਮਾਰ ਜ਼ਰੂਰ ਸਖਤ ਹੈ ਕਿ ਅੱਲਾ ਜ਼ਰੂਰ ਬਖਸ਼ਨਹਾਰ ਤੇ ਮਿਹਰਬਾਨ ਹੈ ਨਹੀਂ ਪੈਗੰਬਰ ਦੇ ਜਿੰਮੇ ਪਰ ਪੈਗਾਮ ਪਹੁੰਚਾ ਦੇਣਾ ਤੇ ਅੱਲਾ ਜਾਣਦਾ ਹੈ ਜੋ ਜ਼ਾਹਿਰ ਕਰਦੇ ਹੋ ਤੇ ਜੋ ਛਪਾਉਂਦੇ ਹੋ ਤੁਸੀਂ ਆਖੋ ਬਰਾਬਰ ਨਹੀਂ ਗੰਦਾ ਤੇ ਪਾਕ ਭਾਵੇਂ ਜੇ ਕਰ ਖੁਸ਼ ਕਰੇ ਤੁਹਾਨੂੰ ਬਹੁਤਾ ਹੋਣਾ ਗੰਦੇ ਦਾ ਸੋ ਬਚੋ ਅੱਲਾ ਤੋ ਐ ਕਲਾਮ ਵਾਲਿਓ ਤਾਂ ਤੁਸੀਂ ਮੁਰਾਦਾ ਪਾਓ ਮਵਾਫਕ ਸ਼ਰਾ ਜੋ ਹੱਥ ਲੱਗੇ ਉਹ ਥੋੜਾ ਵੀ ਚੰਗਾ ਹੈ ਤੇ ਪਾ ਕੇ ਤੇ ਜੋ ਖਿਲਾਫ ਸ਼ਰਾ ਹੱਥ ਲੱਗੇ ਉਹ ਨਾ ਪਾ ਕੇ ਉਹਦੇ ਬਹੁਤਾ ਹੁਣ ਵੱਲੋਂ ਨਾ ਵੇਖੀਏ ਸ਼ੇਰ گوشਤ ਬੱਕਰੀ ਦਾ ਚੰਗਾ ਹੈ ਸੂਰ ਦੇ ਮਨ ਪਰ گوشਤ ਨਾਲੋਂ ਐ ਇਮਾਨਦਾਰੋ ਨਾ ਸਵਾਲ ਕਰੋ ਐਸੀਆਂ ਬਹੁਤ ਚੀਜ਼ਾਂ ਦਾ ਜਿਹੜੀਆਂ ਜ਼ਾਹਿਰ ਕੀਤੀਆਂ ਜਾਣ ਤੁਸੀਂ ਅੱਗੇ

ਨਹੀਂ ਬਣਾਇਆ ਅੱਲਾ ਨੇ ਕੋਈ ਕਨਕੱਟਾ ਜਨੌਰ ਤੇ ਨਾ ਸਾਨ ਤੇ ਨਾ ਵਸੀਲਾ ਤੇ ਨਾ ਹਾਮੀ ਪਰ ਜਿਹੜੇ ਬੇਈਮਾਨ ਹੋਏ ਜੋੜਦੇ ਨੇ ਅੱਲਾ ਉੱਤੇ ਝੂਠ ਤੇ ਬਹੁਤਿਆਂ ਨੂੰ ਉਹਨਾਂ ਵਿੱਚੋਂ ਅਕਲ ਨਹੀਂ ਜੇ ਉਹਨਾਂ ਦੇ ਮਾਮਾ ਮਗਰ ਟੁਰਦੇ ਪੈ ਨੇ ਤੇ ਜਦ ਕੋਈ ਆਖੇ ਉਹਨਾਂ ਨੂੰ ਆਹ ਅੱਲਾ ਦੇ ਉਤਾਰੇ ਹੁਕਮ ਵਾਲੇ ਤੇ ਪੈਗੰਬਰ ਵਾਲੇ ਆਖਦੇ ਨੇ ਸਾਨੂੰ ਬਤੇਰਾ ਹੈ ਜਿਸ ਉੱਤੇ ਡਿੱਟਿਆ ਸਾ ਪਿਓ ਦਾਦੇ ਆਪਣੇ ਭਲਾ ਤੇ ਭਾਵੇਂ ਪਿਓ ਦਾਦੇ ਉਹਨਾਂ ਦੇ ਕੁਝ ਵੀ ਨਹੀਂ ਸੁਣ ਜਾਂਦੇ ਤੇ ਨਾ ਰਾਦੀ ਖਬਰ ਰੱਖਦੇ ਐ ਇਮਾਨਦਾਰੋ ਫਿਕਰ ਕਰੋ ਆਪਣੀਆਂ ਜਾਨਾਂ ਦਾ ਨਾ ਵਗਾੜੇਗਾ ਤੁਹਾਡਾ ਕੁਝ ਜਿਹੜਾ ਰਾਹ ਭੁੱਲਾ ਜਦ ਤੁਸੀਂ ਰਾਹ ਪੈ ਚੁਕੇ ਹੋ ਅੱਲਾ ਹੀ ਵਲ ਮੋੜਨਾ ਤੁਹਾਡਾ ਸਾਰਿਆਂ ਦਾ ਫਿਰ ਜਿਤਾਵੇਗਾ ਤੁਹਾਨੂੰ ਜੋ ਕਰਦੇ ਸੋ ਐ ਇਮਾਨਦਾਰੋ ਗਵਾਇਦਾ ਨਸਾਦੇ ਹੈ ਜਦ ਆਵੇ ਕਿਸੇ ਤੁਹਾਡੇ ਨੂੰ ਮੌਤ ਦਾ ਵਕਤ ਤੇ ਉਹ ਵਸੀਅਤ ਕਰਦਾ ਹੋਵੇ ਤਾਂ ਦੋ ਮਰਦ ਇਤਬਾਰ ਵਾਲੇ ਗਵਾਹ ਬਣਾਏ ਯਾ ਜੇ ਤੁਸੀਂ ਸਫਰ ਵਿੱਚ ਹੋਵੋ ਤੇ ਉੱਥੇ ਮੌਤ ਦੀ ਮੁਸੀਬਤ ਪੇਸ਼ ਆ ਜਾਏ ਤਾਂ ਹੋਰ ਆਪਣੇ ਦੇ ਸਵਾ ਦੋ ਗੈਰ ਮੁਸਲਿਮ ਗਵਾਹ ਕਰ ਲਓ ਜੇ ਤੁਹਾਨੂੰ ਸ਼ੁਬਾ ਪੈ ਜਾਏ ਤਾਂ ਦੋਵਾਂ ਗਵਾਹਾਂ ਨੂੰ ਨਮਾਜ਼ ਦੇ ਬਾਅਦ ਮਸਜਿਦ ਵਿੱਚ ਰੋਕ ਲਓ ਤੇ ਉਹ ਫਿਰ ਸੌਂ ਖਾ ਕੇ ਅੱਲਾ ਦੀ ਆਖਣ ਜੇ ਅਸੀਂ ਨਹੀਂ ਵੇਚਦੇ ਇਹ ਕਸਮ ਮੂਲ ਤੋਂ ਪਾਣੇ ਕੋਈ ਹੋਵੇ ਸਾਕੇਦਾਰ ਤੇ ਨਹੀਂ ਛਪਾਂਦੇ ਅਸੀਂ ਗਵਾਈ ਅੱਲਾ ਦੀ ਜੇ ਅਸੀਂ ਇੰਜ ਕੀਤਾ ਤਾਂ ਅਸੀਂ ਪਾਪੀਆਂ ਵਿੱਚੋਂ ਹੋਵਾਂਗੇ ਪਰ ਜੇ ਪਤਾ ਚਲ ਜਾਏ ਭਾਈ ਉਹਨਾਂ ਦੋਵਾਂ ਪਾਪ ਕਮਾਇਆ ਹੈ ਤਾਂ ਫੇਰ ਦੋ ਹੋਰ ਕਰੋਣ ਉਹਨਾਂ ਦੀ ਜਗ੍ਹਾ ਉਹਨਾਂ ਵਿੱਚੋਂ ਜਿਨ੍ਹਾਂ ਦਾ ਹੱਕ ਪਿਛਲੇ ਦੋ ਗਵਾਹਾਂ ਨੇ ਮਾਰਨਾ ਚਾਹਿਆ ਸੀ ਫੇਰ ਉਹ ਸੋਹ ਖਾ ਕੇ ਆਖਣ ਜੇ ਸਾਡੀ ਗਵਾਹੀ ਬਦੇਰੀ ਸੱਚੀ ਏ ਉਹਨਾਂ ਦੀ ਗਵਾਹੀ ਤੋਂ ਕਿ ਅਸੀਂ ਹੱਦੋਂ ਨਹੀਂ ਟੱਪੇ ਜੇ ਅਸੀਂ ਇੰਜ ਕਰੀਏ ਤਾਂ ਅਦਥਿਆਰਿਆਂ ਵਿੱਚੋਂ ਹੋਵਾਂਗੇ ਇਹ ਹੀ ਬਦੇਰਾ ਨੇੜੇ ਇਸ ਦੇ ਜੋ ਲਿਆਵਣ ਗਵਾਹੀ ਸਹੀ ਤੌਰ ਉੱਤੇ ਜਾਂ ਇਸ ਗੱਲ ਦਾ ਹੀ ਕੁਝ ਖੌਫ ਕਰਨ ਜੇ ਪੁਆਈਆਂ ਜਾਣ ਗਿਆ ਕਸਮਾਂ ਪਿੱਛੇ ਇਹਨਾਂ ਦੀਆਂ ਕਸਮਾਂ ਦੇ ਕਿ ਡਰੋ ਅੱਲਾ ਤੋਂ ਤੇ ਸੁਣੋ ਤੇ ਅੱਲਾ ਨਹੀਂ ਰਾਹ ਪਾਉਂਦਾ ਬੇਫਰਮਾਨ ਲੋਕਾਂ ਨੂੰ ਜਿਸ ਦਿਨ ਇਕੱਠਾ ਕਰੇਗਾ ਅੱਲਾ ਪੈਗੰਬਰਾਂ ਨੂੰ ਫੇਰ ਫਰਮਾਏਗਾ ਕੀ ਜਵਾਬ ਮਿਲਿਓ ਜੇ ਆਖਣਗੇ ਕੁਝ ਖਬਰ ਨਹੀਂ ਸਾਨੂੰ ਜ਼ਰੂਰ ਤੂੰ ਹੀ ਖੂਬ ਜਾਣਦਾ ਗੈਬਾਂ ਨੂੰ ਜਦ ਆਖੇਗਾ ਅੱਲਾ ਐ ਈਸਾ ਮਰੀਮ ਦੇ ਪੁੱਤਰਾ ਯਾਦ ਕਰ ਇਹਸਾਨ ਮੇਰਾ ਆਪਣੇ ਉੱਤੇ ਤੇ ਆਪਣੀ ਮਾਂ ਉੱਤੇ ਜਦ ਮਦਦ ਦਿੱਤੀ ਮੈਂ ਤੈਨੂੰ ਰੂਹ ਪਾਕ ਨਾਲ ਗੱਲਾਂ ਕਰਨਾ ਸੇ ਲੋਕਾਂ ਨਾਲ ਗੋਦ ਵਿੱਚ ਤੇ ਅਧਕੜ ਹੋ ਕੇ ਸਜਦ ਸਖਾਈ ਮੈਂ ਤੈਨੂੰ ਕਿਤਾਬ ਤੇ ਪੱਕੀਆਂ ਗੱਲਾਂ ਤੇ ਤੌਰਾਤ ਤੇ ਇੰਜੀਲ ਤੇ ਜਦ ਬਣਾਣਾ ਸੇ ਮਿੱਟੀ ਦੀ ਜਾਨਵਰ ਦੀ ਸੂਰਤ ਮੇਰੇ ਹੁਕਮ ਨਾਲ ਫਿਰ ਫੂਕ ਮਾਰਨਾ ਸੇ ਉਸ ਵਿੱਚ ਫਿਰ ਹੋ ਜਾਂਦਾ ਸੀ ਪੰਛੀ ਮੇਰੇ ਹੁਕਮ ਨਾਲ ਤੇ ਚੰਗਾ ਕਰਨਾ ਸੈਂ ਜਮਾਂਦਰੂ ਅੰਨੇ ਨੂੰ ਤੇ ਕੋੜੇ ਨੂੰ ਮੇਰੇ ਹੁਕਮ ਨਾਲ ਤੇ ਜਦ ਕੱਢਨਾ ਸੈਂ ਮੁਰਦੇ ਮੇਰੇ ਹੁਕਮ ਨਾਲ ਤੇ ਜਦ ਰੋਗ ਦਿੱਤਾ ਮੈਂ ਬਣੀ ਇਸرائیਲ ਨੂੰ ਤੈਥੋਂ ਜਦ ਲਿਆਉ ਉਹਨਾਂ ਕੋਲ ਨਿਸ਼ਾਨੀਆਂ ਫਿਰ ਆਖਿਆ ਬੇਈਮਾਨਾਂ ਨੇ ਉਹਨਾਂ ਵਿੱਚੋਂ ਇਹ ਕੁਝ ਹੋਰ ਨਹੀਂ ਪਰ ਜਾਦੂ ਹੈ ਜ਼ਾਹਿਰ ਤੇ ਜਦ ਮੈਂ ਦਿਲ ਵਿੱਚ ਪਾ ਦਿੱਤਾ ਹਵਾਰੀਆਂ ਦੇ ਭਈ ਮੰਨੋ ਮੈਨੂੰ ਤੇ ਮੇਰੇ ਪੈਗੰਬਰ ਨੂੰ ਅੱਖਰ ਲਗੇ ਅਸਾਂ ਮੰਨਿਆ ਤੇ ਤੂੰ ਗਵਾ ਰੋ ਜੇ ਅਸੀਂ ਫਰਮਾ ਬਰਦਾਰ ਆਂ ਜਦ ਆਖਿਆ ਹਵਾਰੀਆਂ ਨੇ ਇਹ ਈਸਾ ਮਰੀਮ ਦੇ ਪੁੱਤਰਾ ਭਲਾ ਕਰ ਸਕਦਾ ਹੈ ਤੇਰਾ ਰੱਬ ਇਹ ਜੋ ਉਤਾਰੇ ਅਸਾਂ ਉੱਤੇ ਪਰਿਆ ਖਾਂਚਾ ਅਸਮਾਨ ਨੂੰ ਆਖਿਓ ਸੁ ਬਚੋ ਅੱਲਾ ਤੂੰ ਜੇ ਤੁਸੀਂ ਇਮਾਨਦਾਰ ਹੋ ਆਖਣ ਲੱਗੇ ਅਸੀਂ ਚਾਹਨੇ ਆਂ ਪਈ ਖਾਈਏ ਉਸ ਵਿੱਚੋਂ ਤੇ تسਲੀ ਪਾਣ ਦਿਲ ਸਾਡੇ ਤੇ ਜਾਣ ਲਈ ਐ ਅਸੀਂ ਭਾਈ ਸੱਚ ਆਖਿਆ ਹੀ ਸਾਨੂੰ ਤੇ ਅਸੀਂ ਉਸ ਉੱਤੇ ਗਵਾ ਰਹੀਏ ਆਖਿਆ ਈਸਾ ਮਰੀਮ ਦੇ ਪੁੱਤਰ ਨੇ ਐ ਅੱਲਾ ਸਾਡਿਆ ਰੱਬਾ ਉਤਾਰ ਸਾਡੇ ਉੱਤੇ ਭਰਿਆ ਖਾਂਚਾ ਅਸਮਾਨੋਂ ਉਹ ਦਿਨ ਸਾਡੀ ਈਦ ਹੋਵੇ ਸਾਡੇ ਪਹਿਲਿਆਂ ਦੀ ਤੇ ਪਿਛਲਿਆਂ ਦੀ ਤੇ ਨਿਸ਼ਾਨੀ ਤੇਰੇ ਵੱਲੋਂ ਤੇ ਰਿਜ਼ਕ ਦੇ ਸਾਨੂੰ ਤੇ ਤੂੰ ਚੰਗਾ ਹੈ ਰਿਜ਼ਕ ਦੇਣ ਵਾਲਿਆਂ ਵਿੱਚੋਂ ਮਾਇਆ ਅੱਲਾ ਨੇ ਮੈਂ ਜ਼ਰੂਰ ਉਹ ਉਤਾਰਾਂਗਾ ਤੁਸਾਂ ਉੱਤੇ ਫਿਰ ਜਿਸ ਨਾ ਸ਼ੁਕਰੀ ਕੀਤੀ ਉਦੋਂ ਪਿੱਛੇ ਤੁਸਾਂ ਵਿੱਚੋਂ ਤਾਂ ਮੈਂ ਉਹਨੂੰ ਅਜਾਈ ਮਾਰ ਮਾਰਾਂਗਾ ਜੇ ਉਹ ਕਿਸੇ ਨੂੰ ਨਾ ਮਾਰੀ ਹੋਏਗੀ ਸਾਰੇ ਜਗ ਵਿੱਚ ਤੇ ਜਿਆਦਾ ਆਖੇ ਗੱਲ ਆ ਐ ঈਸਾ ਮਰੀਮ ਦੇ ਪੁੱਤਰਾ ਭਲਾ ਤੂੰ ਆਖਿਆ ਸੀ ਲੋਕਾਂ ਨੂੰ ਭਾਈ ਬਣਾਓ ਮੈਨੂੰ ਤੇ ਮੇਰੀ ਮਾਂ ਨੂੰ ਦੋ ਮਾਬੂਦ ਸਵਾ ਅੱਲਾ ਦੇ ਆਖੇਗਾ ਤੂੰ ਬਿਆਬੇ ਮੈਨੂੰ ਕਦਰਵਾ ਸੀ ਜੋ ਮੈਂ ਆਖਾਂ ਜੋ ਗੱਲ ਮੈਨੂੰ ਲਾਇਕ ਨਹੀਂ ਜੇ ਮੈਂ ਆਖੀ ਹੁੰਦੀਗੀ ਤਾਂ ਜ਼ਰੂਰ ਉਹ ਮਾਲੂਮ ਕੀਤੀ ਹੋਵੇਗੀ ਤੂੰ ਜਾਣਨਾ ਜੋ ਮੇਰੇ ਜੀ ਵਿੱਚ ਤੇ ਮੈਂ ਨਹੀਂ ਜਾਣਦਾ ਜੋ ਤੇਰੇ ਜੀ ਵਿੱਚ ਜ਼ਰੂਰ ਤੂੰ ਹੀ ਖੂਬ ਜਾਣਦਾ ਗੈਬਾਂ ਨੂੰ ਮੈਂ ਨਹੀਂ ਆਖਿਆ ਇਹਨਾਂ ਨੂੰ ਪਰ ਜੋ ਤੂੰ ਮੈਨੂੰ ਹੁਕਮ ਕੀਤਾ ਭਈ ਪੂਜੋ ਅੱਲਾ ਨੂੰ ਜੋ ਰੱਬ ਹੈ ਮੇਰਾ ਤੇ ਰੱਬ ਹੈ ਤੁਹਾਡਾ ਤੇ ਮੈਂ ਇਹਨਾਂ ਦੀ ਨਿਗਰਾਨੀ ਕਰਦਾ ਰਿਹਾ ਜਦ ਤੱਕ ਮੈਂ ਇਹਨਾਂ ਵਿੱਚ ਰਿਹਾ ਫਿਰ ਜਦ ਪੂਰਾ ਲੈ ਲਿਓਈ ਮੈਨੂੰ ਤੂੰ ਹੀ ਨਿਗਹਿबान ਸੈਂ ਇਹਨਾਂ ਉੱਤੇ ਤੇ ਤੂੰ ਹਰ ਕਿਸੇ ਉੱਤੇ ਨਿਗਹਿबान ਹੈ ਜੇ ਮਾਰੇਗਾ ਇਹਨਾਂ ਨੂੰ ਤਾਂ ਇਹ ਜ਼ਰੂਰ ਬੰਦੇ ਨੇ ਤੇਰੇ ਤੇ ਜੇ ਬਖਸ਼ੇਗਾ ਇਹਨਾਂ ਨੂੰ ਤਾਂ ਤੂੰ ਹੀ ਜ਼ੋਰ ਆਵਰ ਹਕਮਤਾਂ ਵਾਲਾ ਫਰਮਾਇਆ ਅੱਲਾ ਨੇ ਇਹ ਉਹ ਦਿਨੇ ਜੋ ਨਫਾ ਦੇਗਾ ਸੱਚਿਆਂ ਨੂੰ ਸੱਚੋ ਨਾਂ ਦਾ ਉਹਨਾਂ ਲਈ ਬਇਸ਼ਤ ਨੇ ਜਿਨ੍ਹਾਂ ਦੇ ਹੀਟ ਵਗਦੀਆਂ ਨੇ ਨਹਿਰਾਂ ਸਦਾ ਰਹਿਣਗੇ ਉੱਥੇ ساری ਉਮਰਾਂ ਰਾਜ਼ੀ ਹੋਇਆ ਅੱਲਾ ਉਹਨਾਂ ਤੋਂ ਤੇ ਉਹ ਰਾਜ਼ੀ ਹੋਏ ਉਸ ਤੋਂ ਇਹ ਹੋਈ ਏ ਮੁਰਾਦ ਮਿਲਨੀ ਬੜੀ ਅੱਲਾ ਹੀ ਦੀ ਬਾਦਸ਼ਾਹੀ ਹੈ ਅਸਮਾਨਾਂ ਤੇ ਜ਼ਮੀਨ ਦੀ ਤੇ ਜੋ ਇਹਨਾਂ ਦੇ ਵਿੱਚ ਹੈ ਤੇ ਉਹਦਾ ਹਰ ਕਾਸੇ ਉੱਤੇ ਵਸ ਚੱਲਦਾ ਹੈ